ਸਭ ਧਰਮਾਂ ਦੇ ਲੋਕ ਇਹ ਮੰਨਦੇ ਹੈ ਕਿ ਮੁਕਤੀ ਨਾਮ ਵਿੱਚ ਹੈ, ਸ਼ਬਦ ਦੀ ਕਮਾਈ ਵਿੱਚ ਹੈ, ਲੇਕਿਨ ਕਦੇ ਅਸੀਂ ਇਹ ਸੋਚਣ ਦੀ ਤਵੱਜੋ ਨਹੀਂ, ਕੋਸ਼ਿਸ਼ ਹੀ ਨਹੀਂ ਕੀਤੀ ਜਾਂ ਤਵੱਜੋ ਹੀ ਨਹੀਂ ਦਿੱਤੀ ਕਿ ਜਿਸ ਨਾਮ ਦੇ ਨਾਲ ਮੁਕਤੀ ਹੈ ਉਹ ਨਾਮ ਕੀ ਵਸਤੂ ਹੈ, ਕੀ ਤਾਕਤ ਹੈ, ਕੋਈ ਅੱਲਾ ਅੱਲਾ ਸੱਚਾ ਨਾਮ ਕਹਿੰਦਾ ਹੈ, ਕੋਈ ਵਾਹਿਗੁਰੂ ਵਾਹਿਗੁਰੂ ਸੱਚਾ ਨਾਮ ਕਹਿੰਦਾ ਹੈ, ਕੋਈ ਰਾਮ ਰਾਮ ਸੱਚਾ ਨਾਮ ਕਹਿੰਦਾ ਹੈ, ਕੋਈ ਗਾਡ ਕਹਿੰਦਾ ਹੈ। ਆਪੋ ਆਪਣੀ ਬੋਲੀਆਂ ਦੇ ਵਿੱਚ ਅਨੇਕਾਂ ਹੀ ਅਸੀਂ ਨਾਮ ਕੜੇ ਹੈ ਔਰ ਲੇਕਿਨ ਜਿਸ ਨਾਮ ਵਿੱਚ ਮੁਕਤੀ ਹੈ ਉਹ ਨਾਮ ਲਿਖਣ ਪੜ੍ਹਨ ਜਾਂ ਬੋਲਣ ਵਿੱਚ ਨਹੀਂ ਆਉਂਦਾ ਗਾ, ਉਹ ਪਰਮਾਤਮਾ ਦੀ ਆਵਾਜ਼ ਹੈ, ਤਾਕਤ ਹੈ ਜਿਹੜੀ ਕੁੱਲ ਰਚਨਾ ਪੈਦਾ ਕਰਦੀ ਹੈ, ਜਿਸ ਦੇ ਆਧਾਰ ਦੇ ਉੱਤੇ ਸਾਡੇ ਖੰਡ ਬ੍ਰਹਿਮੰਡ ਚੱਲ ਰਹੇ ਹਨ। ਲੇਕਿਨ ਗੁਰੂ ਨਾਨਕ ਕਹਿੰਦੇ ਆ, ਨਾਮ ਹੀ ਤੇ ਸਭ ਕੁਛ ਹੋਇਆ, ਬਿਨ ਸਤਿਗੁਰ ਨਾਮ ਨਾ ਜਾਪੈ। ਉਹ ਨਾਮ ਸਾਨੂੰ ਸਾਧੂ ਸੰਤਾਂ ਮਹਾਤਮਾ ਤੋਂ ਮਿਲਦਾ ਹੈ ਕਿ ਜਿਤਨੇ ਵੀ ਨਾਮ ਲਿਖਣ ਪੜ੍ਹਨ ਬੋਲਣ ਵਿੱਚ ਆਉਂਦੇ ਹੈ ਇਹ ਉਹਨਾਂ ਮਹਾਤਮਾ ਨੇ ਰੱਖੇ ਹੈ ਜਿਹੜੇ ਅੰਦਰ ਜਾਂਦੇ ਸਨ, ਉਹਨਾਂ ਨੇ ਆਪਣਾ ਪਿਆਰ ਜ਼ਾਹਰ ਕੀਤਾ ਹੈ। ਲੇਕਿਨ ਉਹਨਾਂ ਦੀਆਂ ਲੇਖਣੀਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਨਾਮ ਬਿਨਾਂ ਲਿਖਿਆ ਕਾਨੂੰਨ ਹੈ, ਬਿਨਾਂ ਬੋਲੀ ਭਾਸ਼ਾ ਹੈ ਔਰ ਹਰ ਨਾਮ ਦੀ ਅਸੀਂ ਇਸ਼ਕੀ ਪੜ੍ਹ ਸਕਦੇ ਹਾਂ, ਰਿਸਰਚ ਕਰ ਸਕਦੇ ਹਾਂ, ਖੋਜ ਕਰ ਸਕਦੇ ਹਾਂ। ਕੋਈ ਪੀਸਾ ਦੁਨੀਆਂ ਵਿੱਚ ਆਏ, ਅਸੀਂ ਉਹਨਾਂ ਦੇ ਜਾਣ ਤੋਂ ਬਾਅਦ ਉਸ ਪਰਮਾਤਮਾ ਨੂੰ ਗਾੜ ਗਾੜ ਕਹਿਣ ਲੱਗ ਪਏ, 2000 ਸਾਲ ਹੋਏ ਹੈ। ਇਸੇ ਤਰ੍ਹਾਂ ਗੁਰੂ ਨਾਨਕ ਨੂੰ ਆਇਆਂ ਨੂੰ 500 ਸਾਲ ਹੋ ਗਿਆ ਹੈ, ਅਸੀਂ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਏ। ਸਵਾਮੀ ਜੀ ਮਹਾਰਾਜ ਆਇਆਂ ਨੂੰ 100 ਸਾਲ ਹੋ ਗਿਆ ਹੈ, ਅਸੀਂ ਉਸ ਪਰਮਾਤਮਾ ਨੂੰ ਰਾਧਾ ਸਵਾਮੀ ਕਹਿੰਦੇ ਹਾਂ। ਇਸੇ ਤਰ੍ਹਾਂ ਰਾਮ ਚੰਦਰ ਜੀ ਮਹਾਰਾਜ ਆਇਆਂ ਨੂੰ 3 ਯੁੱਗ ਹੋ ਗਏ ਹੈ, ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਉਸ ਨੂੰ ਰਾਮ ਰਾਮ ਕਹਿਣ ਲੱਗ ਪਏ ਹਾਂ। ਮੁਹੰਮਦ ਸਾਹਿਬ ਆਇਆਂ ਨੂੰ 1300-1400 ਸਾਲ ਹੋ ਗਏ ਹੈ, ਅਸੀਂ ਉਹਨਾਂ ਦੇ ਜਾਣ ਤੋਂ ਬਾਅਦ ਉਸ ਪਰਮਾਤਮਾ ਨੂੰ ਅੱਲਾ ਅੱਲਾ ਕਹਿਣ ਲੱਗ ਪਏ ਹੈ। ਲੇਕਿਨ ਜਿਸ ਨਾਮ ਵਿੱਚ ਮੁਕਤੀ ਹੈ, ਜਿਸ ਨਾਮ ਦੀ ਇਹ ਸਿਫਤ ਕਰਦੇ ਹੈ, ਉਹ ਨਾਮ ਨਾ ਤਾਂ ਕੋਈ 2000 ਸਾਲ ਪੁਰਾਣਾ ਹੈ, ਨਾ ਕੋਈ 1400 ਸਾਲ ਪੁਰਾਣਾ ਹੈ, ਨਾ ਕੋਈ 500 ਸਾਲ ਪੁਰਾਣਾ ਹੈ। ਉਸ ਨਾਮ ਨੇ ਤਾਂ ਦੁਨੀਆਂ ਦੀ ਰਚਨਾ ਪੈਦਾ ਕੀਤੀ ਹੈ। ਕਿਸੇ ਲਫ਼ਜ਼ ਨੂੰ ਤਾਕਤ ਨਹੀਂ ਕਿ ਦੁਨੀਆਂ ਦੀ ਰਚਨਾ ਪੈਦਾ ਕਰ ਸਕੇ ਜਾਂ ਦੁਨੀਆਂ ਨੂੰ ਚਲਾ ਸਕੇ। ਮਹਾਤਮਾ ਕਿਸੇ ਨਾਮ ਦੀ ਨਿੰਦਿਆ ਨਹੀਂ ਕਰਦੇ,
ਜੋ ਵੀ ਪਰਮਾਤਮਾ ਦੇ ਨਾਮ ਰੱਖੇ ਹੈ ਸਭ ਦਾ ਸਵਾਗਤ ਕਰਦੇ ਹਾਂ। ਲੇਕਿਨ ਸੱਚਾਈ ਕੋਈ ਹੋਰ ਹੀ ਤਾਕਤ ਹੈ। ਕਬੀਰ ਸਾਹਿਬ ਕਹਿੰਦੇ ਹੈ, ਬਿਨ ਦੇਖੇ ਬਿਨ ਅਰਸ ਪਰਸ ਕੇ ਨਾਮ ਲੀਏ ਕਿਆ ਹੋਏ, ਧਨ ਦੇ ਕਹਿਤ ਤਨੀਜੇ ਹੋਏ, ਨਿਰਧਨ ਰਹੇ ਨਾ ਕੋਈ। ਮਹਾਰਾਜ ਸਾਵਣ ਦੇ ਪਾਸ ਕੁਛ ਧਾਰਮਿਕ ਲੀਡਰ ਆਏ, ਉਹਨਾਂ ਨੇ ਸਵਾਲ ਕੀਤਾ ਕਿ ਜੀ ਉਹ ਕਿਹੜਾ ਨਾਮ ਹੈ ਜਿਸ ਦੀ ਤੁਸੀਂ ਫਿਰ ਮਹਿਮਾ ਕਰਦੇ ਹੋ, ਵਰਨ ਆਤਮਕ ਨਾਮਾਂ ਦੀ ਤੁਸੀਂ ਇੰਨੀ ਮਹਿਮਾ ਨਹੀਂ ਕਰਦੇ। ਉਹ ਕਹਿਣ ਲੱਗੇ, ਦੇਖੋ ਪਿਆਰਿਓ, ਸੰਤ ਉਸ ਨਾਮ ਨੂੰ ਸਾਡੇ ਅੰਦਰ ਟਿਕਾ ਦਿੰਦੇ ਹੈ, ਰੱਖ ਦਿੰਦੇ ਹੈ, ਪਾ ਦਿੰਦੇ ਹੈ, ਜੋੜ ਦਿੰਦੇ ਹੈ। ਮਹਾਤਮਾ ਕਿਸੇ ਸਮਾਜ ਦੀ ਨਿੰਦਿਆ ਨਹੀਂ ਕਰਦੇ, ਕਿਸੇ ਮੁਲਕ ਦੀ ਨਿੰਦਿਆ ਨਹੀਂ ਕਰਦੇ ਗੇ। ਉਹ ਸਾਰੇ ਸਮਾਜਾਂ ਨੂੰ ਆਪਣੇ ਸਮਝਦੇ ਹੈ, ਸਭ ਮੁਲਕਾਂ ਨੂੰ ਆਪਣਾ ਘਰ ਸਮਝਦੇ ਹੈ। ਉਹ ਬਗੈਰ ਕਿਸੇ ਵਿਤਕਰੇ ਤੋਂ ਹਰ ਇੱਕ ਇਨਸਾਨ ਨਾਲ ਪਿਆਰ ਕਰਦੇ ਹੈ, ਇਨਸਾਨ ਕੀ ਪਸ਼ੂ ਪੰਛੀਆਂ ਨਾਲ ਵੀ ਉਹਨਾਂ ਦਾ ਪਿਆਰ ਹੁੰਦਾ ਹੈ। ਲੇਕਿਨ ਉਹਨਾਂ ਦਾ ਜੋ ਮਿਸ਼ਨ ਹੁੰਦਾ ਹੈ ਉਹ ਸਾਨੂੰ ਆ ਕੇ ਦੱਸਦੇ ਹੈ, ਪ੍ਰਭੂ ਇੱਕ ਸਮੁੰਦਰ ਹੈ, ਆਤਮਾ ਉਸਦੀ ਬੂੰਦ ਹੈ, ਸਤਿਗੁਰੂ ਉਸਦੀ ਲਹਿਰ ਹੈ। ਔਰ ਜੋ ਚੀਜ਼ ਲਹਿਰ ਦੇ ਸਪੁਰਦ ਆਪਾਂ ਕਰਦੇ ਹਾਂ ਉਹ ਸਮੁੰਦਰ ਦੇ ਵਿੱਚ ਜਾ ਕੇ ਤਹਿ ਦੇ ਵਿੱਚ ਸਮਾ ਜਾਂਦੀ ਹੈ। ਇਸੇ ਤਰ੍ਹਾਂ ਮਹਾਤਮਾ ਉਹਨਾਂ ਆਤਮਾ ਨੂੰ ਜਗਾਉਣ ਵਾਸਤੇ ਆਉਂਦੇ ਹੈ ਜਿਨ੍ਹਾਂ ਦਾ ਕਿ ਪ੍ਰਭੂ ਦਰਬਾਰ ਦੇ ਅੰਦਰ ਫੈਸਲਾ ਹੋ ਚੁੱਕਿਆ ਹੈ ਕਿ ਹੁਣ ਇਹਨਾਂ ਦਾ ਜੰਮਣ ਮਰਨ ਕੱਟਣਾ ਹੈ। ਉਹਨਾਂ ਨੂੰ ਆ ਕੇ ਨਾਮ ਦੇ ਨਾਲ ਸ਼ਬਦ ਦੇ ਨਾਲ ਜੋੜਦੇ ਹੈ। ਈਸਾ ਨੂੰ ਪੁੱਛਿਆ ਗਿਆ ਕਿ ਤੁਸੀਂ ਮਾਰੇ ਮਾਰੇ ਕਿਉਂ ਫਿਰਦੇ ਹੋ, ਦੂਰ ਦੁਰਾਡੇ ਜਾਂਦੇ ਹੋ, ਤੁਹਾਡਾ ਕੋਈ ਸਮਾਨ ਗੁੰਮ ਹੋ ਗਿਆ ਹੈ? ਉਹ ਕਹਿਣ ਲੱਗੇ, ਹਾਂ ਸਾਡੀਆਂ ਭੇਡਾਂ ਗੁੰਮ ਹੈ, ਉਹਨਾਂ ਦੀ ਤਲਾਸ਼ ਵਿੱਚ ਹੈ। ਪਲਟੂ ਸਾਹਿਬ ਕਹਿੰਦੇ ਹੈ ਕਿ ਜੀਵ ਤਾਰਨ ਕਾਰਨ ਸਹਿੰਦੇ ਦੁੱਖ ਬਥੇਰਾ, ਉਹਨੇ ਕਿਹਾ ਹੈ ਚਾਹ ਫਿਰਤ ਹੈ ਮੁਲਕ ਬਥੇਰਾ। ਸੰਤ ਮਹਾਤਮਾ ਕੋਈ ਮਾਨ ਵਡੇ ਦੀ ਖਾਤਰ ਆਮ ਮੁਲਕਾਂ ਵਿੱਚ ਨਹੀਂ ਜਾਂਦੇ, ਕੋਈ ਧਨ ਦੌਲਤ ਇਕੱਠਾ ਕਰਨ ਵਾਸਤੇ ਕਿਸੇ ਮੁਲਕ ਵਿੱਚ ਨਹੀਂ ਜਾਂਦੇ ਗੇ। ਅਗਰ ਉਹਨਾਂ ਦੀ ਕੋਈ ਇਸ ਯਾਤਰਾ ਦੇ ਵਿੱਚ ਸੱਚਿਆਈ ਛੁਪੀ ਹੈ, ਉਹ ਸੁੱਤੀਆਂ ਆਤਮਾ ਨੂੰ ਪ੍ਰਭੂ ਪਿਆਰ ਦੇ ਵਿੱਚ ਜਗਾਉਣ ਹੀ ਹੁੰਦਾ ਹੈ, ਪ੍ਰਭੂ ਦੇ ਨਾਲ ਜੋੜਨ ਹੁੰਦਾ ਹੈ ਸਰੀਰ ਕਰਕੇ। ਬੇਸ਼ੱਕ ਪੱਛਮ ਦੇ ਵਿੱਚ ਮਹਾਰਾਜ ਸਾਵਣ ਸਿੰਘ ਨਹੀਂ ਆਏ, ਲੇਕਿਨ ਸ਼ਬਦ ਰੂਪ ਉਹਨਾਂ ਦੇ ਜੀਵਨ ਕਾਲ ਵਿੱਚ ਹੀ ਉਹ ਪ੍ਰੇਮੀਆਂ ਨੂੰ ਦਰਸ਼ਨ ਦਿੰਦੇ ਰਹੇ ਹੈ। ਉਹਨਾਂ ਦਾ ਇੱਕ ਸਤਸੰਗੀ ਕੇਰ ਸਿੰਘ ਸੀ, ਅਮਰੀਕਾ ਵਿੱਚ ਰਹਿੰਦਾ ਹੋਇਆ, ਜਿਸ ਨੂੰ ਕਿ ਉਹਨਾਂ ਦੇ ਇੱਕ ਦੋਸਤ ਨੇ ਕਿਹਾ ਕਿ ਸਰਦਾਰ ਜੀ, ਅਸੀਂ ਜਦ ਵੀ ਤੁਹਾਡੇ ਤਰਫ ਦੇਖਦੇ ਹਾਂ ਤੁਹਾਡੇ ਪਿੱਛੇ ਇੱਕ ਬੁੱਢਾ ਆਦਮੀ ਖੜਾ ਹੁੰਦਾ ਹੈ, ਉਹ ਇਸ ਰਾਜ ਦਾ ਵਾਕਫ ਸੀ। ਉਹ ਕਹਿਣ ਲੱਗਿਆ, ਹਾਂ ਮੈਂ ਉਸ ਬੁੱਢੇ ਨੂੰ ਜਾਣਦਾ ਹਾਂ, ਮੇਰੀ ਉਹ ਰਹਿਨਮਾਈ ਕਰ ਰਿਹਾ ਹੈ। ਅੱਜ ਆਪਾਂ ਇਕੱਠੇ ਹੋਏ ਪ੍ਰਭੂ ਪਿਆਰ ਵਿੱਚ ਬੈਠੇ ਹਾਂ, ਇਹ ਉਸ ਮਹਾਨ ਸੰਤ ਸਤਿਗੁਰੂ ਕਿਰਪਾਲ ਦੀ ਹੀ ਦਇਆ ਹੈ। ਅਗਰ ਉਹਨੇ ਆਤਮਾ ਨੂੰ ਖੋਜਿਆ, ਇਹਨਾਂ ਦੇ ਅੰਦਰ ਪਿਆਰ ਦੇ ਬੀਜ ਬੋਏ, ਤਦ ਹੀ ਅਸੀਂ ਸਾਰੇ ਉਹਦੀ ਯਾਦ ਵਿੱਚ ਬੈਠੇ ਹਾਂ। ਨਾ ਵਡਮੁੱਲੀ ਦੌਲਤ ਹੈ, ਇਹ ਸਾਨੂੰ ਸਾਧੂ ਸੰਤਾਂ ਮਹਾਤਮਾ ਤੋਂ ਮਿਲਦੀ ਹੈ। ਔਰ ਸਾਡਾ ਜਾਨੀ ਦੁਸ਼ਮਣ ਮਨ ਸਾਨੂੰ ਇਹ ਦੌਲਤ ਪ੍ਰਾਪਤ ਨਹੀਂ ਕਰਨ ਦਿੰਦਾ ਗਾ, ਮਹਾਤਮਾ ਦੀ ਸੰਗਤ ਸੋਭਤ ਦੇ ਵਿੱਚ ਜਾਣ ਨਹੀਂ ਦਿੰਦਾ। ਅਗਰ ਜਾਵੜਦੇ ਹੈ ਉਹਨਾਂ ਦੇ ਬਚਨ ਦੇ ਉੱਤੇ ਐਤਵਾਰ ਨਹੀਂ ਆਉਣ ਦਿੰਦਾ ਗਾ। ਔਰ ਕਦੇ ਇਹ ਜਪ ਤਪ ਵਿੱਚ ਲਾ ਦਿੰਦਾ ਹੈ, ਕਦੇ ਪੂਜਾ ਪਾਠ ਵਿੱਚ ਲਾ ਦਿੰਦਾ ਹੈ,
ਕਦੇ ਤੀਰਥ ਯਾਤਰਾ ਵਿੱਚ ਲਾ ਦਿੰਦਾ ਹੈ, ਕਦੇ ਮੂਰਤੀਆਂ ਪੂਜਣ ਲਾ ਦਿੰਦਾ ਹੈ, ਅਸਲੀ ਨੁਕਸੇ ਤੋਂ ਖੁੰਝਾ ਦਿੰਦਾ ਹੈ। ਅਸਲੀ ਨੁਕਤਾ ਖੁੰਝਾ ਕੇ ਅਸੀਂ ਭਟਕ ਜਾਂਦੇ ਹੈ ਔਰ ਕਦੇ ਇਹ ਪੜਪੜਾਈ ਵਿੱਚ ਲਾ ਦਿੰਦਾ ਹੈ। ਪੜਪੜਾਈ ਵਾਲੇ ਲੋਕ ਵਿੱਦਿਆ ਦੀਆਂ ਹੀ ਭੂਲ ਭੁਲਾਈਆਂ ਦੇ ਵਿੱਚ ਫਸੇ ਰਹਿੰਦੇ ਹੈ। ਆਮ ਤੌਰ ਦੇ ਉੱਤੇ ਪੜਪੜਾਈ ਵਾਲੇ ਵਾਲ ਦੀ ਖੱਲ ਲਾਉਣ ਤੇ ਹੀ ਤੁਲੇ ਹੋਏ ਹੁੰਦੇ ਹੈ। ਸੋ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ, ਉਸ ਇਲਮ ਪੜ੍ਹੇ ਦਾ ਕੀ ਫਾਇਦਾ ਹੈ ਜਿਸ ਨੂੰ ਪੜ੍ਹ ਕੇ ਅਮਲੀ ਨਾ ਕੀਤਾ। ਸੋ ਮਹਾਤਮਾ ਕਹਿੰਦੇ ਹੈ, ਅਗਰੇਦੋਂ ਵੀ ਹਟਦੇ ਹੈ ਉਹ ਸਾਨੂੰ ਜਪ ਤਪ ਦੇ ਵਿੱਚ ਲਾ ਦਿੰਦਾ ਹੈ, ਪੂਜਾ ਪਾਠ ਦੇ ਵਿੱਚ ਲਾ ਦਿੰਦਾ ਹੈ, ਲੇਕਿਨ ਇਹ ਸਵਾਏ ਪਰੇਸ਼ਾਨੀ ਤੋਂ ਪੱਲੇ ਕੁਛ ਨਹੀਂ ਪੈਂਦਾ ਗਾ। ਐਸੇ ਕਰਮ ਮੈਂ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੇਮ ਨਾਲ ਪਿਆਰ ਨਾਲ ਭਰੋਸੇ ਨਾਲ ਕੀਤੇ, ਲੇਕਿਨ ਮੈਂ ਕਾਮਯਾਬ ਨਹੀਂ ਹੋਇਆ ਗਾ। ਹੋਰ ਵੀ ਮਹਾਤਮਾ ਨੇ ਬੜੇ ਕੀਤੇ, ਲੇਕਿਨ ਜਦ ਉਹ ਪਰਮਾਤਮਾ ਕਿਰਪਾਲ ਨੇ ਖੁਦ ਹੀ ਰਹਿਮਤ ਕੀਤੀ, ਜਿਸ ਦੀ ਤਲਾਸ਼ ਸੀ ਉਹ ਘਰ ਬੈਠੇ ਹੀ ਮਿਲ ਗਿਆ। ਗੁਰੂ ਨਾਨਕ ਕਹਿੰਦੇ ਹੈ, ਜਿਸ ਚੀਜ਼ ਦੀ ਤੁਹਾਨੂੰ ਤਲਾਸ਼ ਹੈ, ਜਿਸ ਦੇ ਨਾਲ ਮੁਕਤੀ ਮਿਲਣੀ ਹੈ, ਉਹ ਨਾਮ ਸੰਤਾਂ ਦੇ ਅੰਦਰ ਪ੍ਰਗਟ ਹੁੰਦਾ ਹੈ। ਤੁਸੀਂ ਉਹਨਾਂ ਦੇ ਕੋਲ ਜਾਓ, ਉਹ ਤੁਹਾਨੂੰ ਨਾਮ ਦੇ ਨਾਲ ਜੋੜਨਗੇ। ਆਪ ਕਹਿੰਦੇ, ਜਿਸ ਬੱਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਔਰ ਇਹਦੇ ਵਿੱਚ ਕਾਮਯਾਬ ਹੋਣ ਵਾਸਤੇ ਅਭਿਆਸੀ ਨੂੰ ਕੁਛ ਸ਼ਰਤਾਂ ਅਵਸ਼ ਪਰ ਪੂਰੀਆਂ ਕਰਨੀਆਂ ਪੈਂਦੀਆਂ ਹਨ। ਕੀ ਹੈ ਕਿ ਆਪਦੀ ਪਦਵੀ ਦਾ ਖਿਆਲ ਛੱਡਣਾ ਪੈਂਦਾ ਹੈ, ਮਨ ਵਡਿਆਈ ਤੋਂ ਬਚਣਾ ਪੈਂਦਾ ਹੈ। ਔਰ ਗੁਰੂ ਕਹਿੰਦੇ ਹੈ, ਤਾਜਬ ਮਾਂ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮੇ ਤੋਲ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਸੰਤਾਂ ਦੇ ਦਰ ਤੇ ਆ ਕੇ ਐਵੇਂ ਪਾਸ ਨੂੰ ਵੀ 5 ਸਾਲ ਦੇ ਬੱਚੇ ਵਰਗਾ ਹੋਣਾ ਪੈਂਦਾ ਹੈ। ਜਿਸ ਤਰ੍ਹਾਂ ਬੱਚਾ ਪਹਿਲਾਂ ਅਣਜਾਣ ਹੁੰਦਾ ਹੈ, ਉਹਨੂੰ ਉਸਤਾਦ ਦਾ ਪਤਾ ਨਹੀਂ ਹੁੰਦਾ ਗਾ, ਇਸੇ ਤਰ੍ਹਾਂ ਅਸੀਂ ਵੀ ਰੂਹਾਨੀਅਤ ਦੇ ਵਿੱਚ ਅਣਜਾਣ ਹੈ, ਇੱਕ ਬੱਚੇ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਬੱਚਾ ਸਕੂਲ ਦੇ ਅੰਦਰ ਜਾਂਦਾ ਹੈ, ਅਗਰ ਟੀਚਰ ਪਹਿਲੇ ਦਿਨ ਹੀ ਉਹਨੂੰ ਦੱਸ ਦੇਵੇ ਕਿ ਐਵੇਂ ਪਾਸ ਕਰਨ ਦੇ ਵਿੱਚ 16 ਸਾਲ ਲੱਗਣਗੇ, ਤੂੰ ਇਤਨੀਆਂ ਸਾਰੀਆਂ ਕਿਤਾਬਾਂ ਤੈਨੂੰ ਪੜ੍ਹਨੀਆਂ ਪੈਣਗੀਆਂ, ਉਹ ਬੱਚਾ ਘਬਰਾ ਜਾਏਗਾ ਕਿ ਮੈਂ ਕਿਸ ਤਰ੍ਹਾਂ 16 ਸਾਲ ਲਾਊਂਗਾ ਔਰ ਇਤਨੀਆਂ ਜ਼ਿਆਦਾ ਕਿਤਾਬਾਂ ਮੈਂ ਕਿਸ ਤਰ੍ਹਾਂ ਪੜ੍ਹ ਸਕੂੰਗਾ। ਲੇਕਿਨ ਐਸਾ ਨਹੀਂ, ਜਿਸ ਤਰ੍ਹਾਂ ਬੱਚਾ ਬੜਾ ਹੁੰਦਾ ਜਾਂਦਾ ਹੈ, ਤਰੱਕੀ ਕਰਦਾ ਜਾਂਦਾ ਹੈ, ਅਧਿਆਪਕ ਉਸੇ ਤਰ੍ਹਾਂ ਆਪਣੀ ਲਿਆਕਤ ਉਸ ਦੇ ਉੱਤੇ ਵਧਾਉਂਦਾ ਜਾਂਦਾ ਹੈ, ਆਖਰ ਦੀਆਂ ਕਲਾਸਾਂ ਵਿੱਚ ਅਧਿਆਪਕ ਲੋਕ ਆਪਣੀ ਪੂਰੀ ਹੀ ਤਵੱਜੋ ਉਸ ਉੱਪਰ ਲਾ ਦਿੰਦੇ ਹੈ। ਇਸੇ ਤਰ੍ਹਾਂ ਜਦ ਅਸੀਂ ਸੰਤਾਂ ਮਹਾਤਮਾ ਦੇ ਪਾਸ ਜਾਂਦੇ ਹਾਂ, ਉਹ ਅਸਥੂਲ ਦੇ ਵਿੱਚ ਪਿਆਰ ਨਾਲ ਸਾਨੂੰ ਸਤਸੰਗ ਦੇ ਜ਼ਰੀਏ ਸਮਝਾਉਂਦੇ ਹੈ, ਨਾਮ ਨਾਲ ਜੋੜਦੇ ਹੈ। ਜਦ ਅਸੀਂ ਨਾਮ ਨਾਲ ਜੁੜ ਜਾਂਦੇ ਹੈ, ਅੰਦਰ ਜਾਂਦੇ ਹੈ, ਅਸਥੂਲ ਸਰੀਰ ਦਾ ਗਲਾ ਫਲਾ ਲੈਂਦੇ ਹੈ, ਸੂਖਸ਼ਮ ਦੇ ਵਿੱਚ ਜਾਂਦੇ ਹੈ, ਉੱਥੇ ਗੁਰੂ ਸੂਖਸ਼ਮ ਰੂਪ ਧਾਰਨ ਕਰਦਾ ਹੈ। ਜਦ ਅਸੀਂ ਸੂਖਸ਼ਮ ਗਲਾਫ ਵੀ ਲਾ ਲੈਂਦੇ ਹੈ, ਕਾਰਨ ਵਿੱਚ ਜਾਂਦੇ ਹੈ, ਉੱਥੇ ਗੁਰੂ ਕਾਰਨ ਸਰੀਰ ਧਾਰਨ ਕਰਦਾ ਹੈ। ਜਿਵੇਂ ਜਿਵੇਂ ਸੇਵਕ ਤਰੱਕੀ ਕਰਦਾ ਜਾਂਦਾ ਹੈ, ਗੁਰੂ ਵੀ ਆਪਣੇ ਰੂਪ ਦੇ ਅੰਦਰ ਉਸੇ ਤਰ੍ਹਾਂ ਤਬਦੀਲੀ ਕਰਦਾ ਜਾਂਦਾ ਹੈ। ਇਸੇ ਤਰ੍ਹਾਂ ਜਦ ਅਸੀਂ ਸੱਚਖੰਡ ਪਹੁੰਚ ਜਾਂਦੇ ਹੈ, ਉਹੀ ਗੁਰੂ ਸਾਰ ਸ਼ਬਦ, ਸੱਚਾ ਸ਼ਬਦ, ਪਿਓਰ ਸ਼ਬਦ ਰੂਪ ਧਾਰਨ ਕਰਦਾ ਹੈ। ਫਿਰ ਪਤਾ ਲੱਗਦਾ ਹੈ ਕਿ ਜੇ ਮੈਂ ਅੰਦਰ ਦੇਖਦਾ ਹੈ ਤਾਂ ਵੀ ਉਹ ਪ੍ਰਭੂ ਹੈ, ਬਾਹਰ ਦੇਖਦਾ ਹੈ ਯਕੀਨ ਆ ਗਿਆ ਕਿ ਇਹ ਪ੍ਰਭੂ ਕਿਸ ਤਰ੍ਹਾਂ ਇਨਸਾਨ ਦੇ ਖੋਲ ਵਿੱਚ ਛਿਪਿਆ ਹੋਇਆ ਹੈ। ਜਦ ਮੇਰੇ ਪਰਮ ਗੁਰੂ
ਨੇ ਮੈਨੂੰ ਨਾਮਦਾਨ ਬਾਰੇ ਕਿਹਾ ਕਿ ਇਹ ਬੰਦੇ ਬੈਠੇ ਹੈ, ਇਹਨਾਂ ਨੂੰ ਤੂੰ ਨਾਮ ਦੇ ਮੁਤਾਲਕ ਸਮਝਾ ਦੇ। ਮੈਂ ਬੇਨਤੀ ਕੀਤੀ ਹੱਥ ਜੋੜ ਕੇ ਕਿ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਇਸ ਗਰੀਬ ਆਤਮਾ 'ਤੇ ਦਇਆ ਕੀਤੀ ਹੈ, ਇਹਨਾਂ ਨੂੰ ਸਭ ਨੂੰ ਆਪ ਖੁੱਲ੍ਹਾ ਦਦਾਰ ਦੇ ਦਿਓ। ਉਹ ਵਡਿਆਈ ਦੇ ਵਿੱਚ ਨਹੀਂ ਆਉਂਦੇ ਸਨ, ਮੈਨੂੰ ਕਹਿਣ ਲੱਗੇ, ਦੇਖ ਬਈ ਤੂੰ ਮੇਰੇ ਕੱਪੜੇ ਲੋਕਾਂ ਤੋਂ ਨਾ ਪੜਾ, ਜੋ ਮੈਂ ਕਹਿੰਦਾ ਉਹ ਕਰ। ਇੱਕ ਸਚਿਆਈ ਹੁੰਦੀ ਹੈ, ਮੈਂ ਆਪਣੇ ਗੁਰੂ ਦੇਵ ਦੇ ਮੁਤਾਲਕ ਦੱਸਦਾ ਹੁੰਦਾ ਸਾਂ ਕਿ ਪਿਆਰਿਓ, ਸੰਤਾਂ ਦੀ ਜੋ ਜ਼ਿੰਦਗੀ ਹੁੰਦੀ ਹੈ ਉਹ ਹਾਥੀ ਦੇ ਦੰਦਾਂ ਦੀ ਤਰ੍ਹਾਂ ਹੁੰਦੀ ਹੈ। ਜਿਵੇਂ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਆ, ਦਿਖਾਉਣ ਵਾਲੇ ਹੋਰ ਹੁੰਦੇ ਆ, ਇਸੇ ਤਰ੍ਹਾਂ ਸਿਰਫ ਦਿਖਾਵੇ ਮਾਤਰ ਉਹ ਤਨ ਧਾਰਦੇ ਹੈ, ਖਾਣਾ ਖਾਂਦੇ ਨਜ਼ਰ ਆਉਂਦੇ ਆ, ਗੱਲਾਂ ਕਰਦੇ ਨਜ਼ਰ ਆਉਂਦੇ ਹੈ। ਲੇਕਿਨ ਕਬੀਰ ਨੇ ਕਿਹਾ ਬਰਮ ਕਾਇਆ ਦੇ ਉਹ ਬੋਲ ਰਿਹਾ ਹੈ, ਕਾਇਆ ਬਿਨਾਂ ਬੋਲ ਨਹੀਂ ਸਕਦਾ ਗਾ। ਇਸ ਵਾਸਤੇ ਉਹ ਇਨਸਾਨ ਬਣੇ ਹੈ ਕਿਉਂਕਿ ਇਨਸਾਨ ਨੂੰ ਇਨਸਾਨ ਹੀ ਸਮਝਾ ਸਕਦਾ ਹੈ। ਤੁਹਾਡੇ ਅੱਗੇ ਪਲਟੂ ਸਾਹਿਬ ਦੀ ਬਾਣੀ ਰੱਖੀ ਜਾਂਦੀ ਹੈ। ਪਲਟੂ ਸਾਹਿਬ ਕਹਿੰਦੇ ਆ ਨਾਮ ਲਫ਼ਜ਼ ਨਹੀਂ, ਉਹ ਤਾਕਤ ਹੈ, ਇਹ ਅਨੁਭਵ ਦੀ ਚੀਜ਼ ਹੈ। ਆਪ ਕਹਿਣ ਲੱਗੇ ਉਹ ਇਨਾਮ ਹੈ, ਜੇ ਕੋਈ ਚਾਹੇ ਨਾਮ ਤੋ ਨਾਮ ਅਨਾਮ ਹੈ, ਪੜ੍ਹਨ ਲਿਖਣ ਮੇ ਨਾਹੇ ਨੇ ਅੱਛਰ ਕਾਮ ਹੈ, ਰੂਪ ਕਹੋ ਅਨਰੂਪ ਪਵਨ ਅਨਰੇਖ ਤੇ, ਹਾਰੇ ਪਲਟੂ ਗੈਰ ਦ੍ਰਿਸ਼ਟ ਤੇ ਸੰਤ ਨਾਮ ਵੋ ਵੇਖਦੇ। ਪਲਟੂ ਸਾਹਿਬ ਦੇ ਸ਼ਬਦ ਸੰਤਾਂ ਦੀ ਬਾਣੀ ਸ਼ਬਦ ਨੰਬਰ 10 ਪੰਨਾ 156। ਸੰਤ ਸਨੇਹੀ ਨਾਮ ਹੈ, ਨਾਮ ਸਨੇਹੀ ਸੰਤ, ਨਾਮ ਸਨੇਹੀ ਸੰਤ, ਨਾਮ ਕੋ ਵਹੀ ਮਿਲਾਵੇ। ਪਹਿਲੀ ਕੱਲੀ ਤੋਂ ਸੰਤ ਸਨੇਹੀ ਨਾਮ ਹੈ, ਨਾਮ ਸਨੇਹੀ ਸੰਤ, ਸੰਤ ਸਨੇਹੀ ਨਾਮ ਹੈ, ਨਾਮ ਸਨੇਹੀ ਸੰਤ, ਨਾਮ ਸਨੇਹੀ ਸੰਤ, ਨਾਮ ਕੋ ਵਹੀ ਮਿਲਾਵੇ। ਪਲਟੂ ਸਾਹਿਬ ਕਹਿੰਦੇ ਆ ਸੰਤ ਮਹਾਤਮਾ ਨਾ ਤਾਂ ਕੋਈ ਸਮਾਜ ਨਹੀਂ ਬਣਾਉਣ ਵਾਸਤੇ ਆਉਂਦੇ ਆ, ਨਾ ਪਹਿਲੀਆਂ ਬਣੀਆਂ ਤੋੜਨ ਵਾਸਤੇ ਆਉਂਦੇ ਹੈ, ਨਾ ਉਹਨਾਂ ਦਾ ਬਾਹਰ ਕਿਸੇ ਪਹਿਰਾਵੇ ਨਾਲ ਹੀ ਲਗਾਓ ਹੁੰਦਾ ਹੈ। ਉਹ ਤਾਂ ਨਾਮ ਦਾ ਸੰਦੇਸ਼ ਲੈ ਕੇ ਆਉਂਦੇ ਹੈ ਔਰ ਨਾਮ ਰੂਪ ਹੁੰਦੇ ਹੈ। ਤੁਲਸੀ ਸਾਹਿਬ ਕਹਿੰਦੇ ਹੈ ਦਰ ਦਰ ਵਾਰੀ ਸਾਧ ਹੈ, ਉਨਸੇ ਸਭ ਕੁਛ ਹੋਏ, ਤੁਰਤ ਮਿਲਾਵੇ ਨਾਮ ਸੇ ਉਹਨੇ ਮਿਲੇ ਜੇ ਕੋਈ। ਔਰ ਆਪ ਕਹਿਣ ਲੱਗੇ ਉਹ ਨਾਮ ਦੇ ਵੱਖ ਵਕਾਰ ਹੁੰਦੇ ਹੈ, ਉਹ ਨਾਮ ਨਾਲ ਜੁੜੇ ਹੁੰਦੇ ਹੈ। ਜਿਹਦੇ ਨਾਲ ਤੁਸੀਂ ਜੁੜ ਜਾਓ, ਜਿਹਦੇ ਨਾਲ ਤੁਸੀਂ ਰੋਜ਼ ਗੱਲਾਂ ਕਰੋ, ਤੁਸੀਂ ਦੇਖ ਲਓ ਉਹਦੇ ਨਾਲ ਤੁਹਾਡੀ ਕਿਤਨੀ ਵਾਕਫੀਅਤ ਹੋ ਜਾਂਦੀ ਹੈ, ਵੱਧ ਤੋਂ ਵੱਧ ਵਾਕਫੀਅਤ ਹੋ ਜਾਂਦੀ ਹੈ। ਇਸ ਐਸਾ ਹੀ ਸੰਤਾਂ ਦਾ ਉਸ ਨਾਮ ਦੇ ਨਾਲ ਤੁਲਕ ਹੁੰਦਾ ਹੈ। ਆਪ ਕਹਿਣ ਲੱਗੇ ਉਹ ਚੌਂ ਤੇ ਨਾਮ ਨਾਲ ਮਿਲਾ ਦਿੰਦੇ ਹੈ। ਮਹਾਤਮਾ ਆਪਣੀ ਬਖਸ਼ਿਸ਼ ਤੋਂ ਕਿਸੇ ਨੂੰ ਵਾਂਝਿਆ ਨਹੀਂ ਰੱਖਦੇ ਗੇ,
ਉਹ ਚੋਰਾਂ ਨੂੰ, ਠੱਗਾਂ ਨੂੰ, ਅਪਰਾਧੀਆਂ ਨੂੰ ਵੀ ਸ਼ਰਨ ਦੇ ਵਿੱਚ ਲੈਣ ਲੱਗੇ, ਗੁਰੇਜ਼ ਨਹੀਂ ਕਰਦੇ ਗੇ, ਉਹ ਨਫ਼ਰਤ ਨਹੀਂ ਕਰਦੇ ਗੇ। ਇੰਨਾ ਜ਼ਰੂਰ ਕਹਿੰਦੇ ਆ ਕਿ ਦੇਖ ਵੀ ਪਿਆਰਿਆ, ਪਹਿਲਾਂ ਜੋ ਕੁਛ ਕਰ ਲਿਆ ਉਹ ਕਰ ਲਿਆ, ਅੱਗੇ ਵਾਸਤੇ ਤੋਬਾ ਕਰ ਜਾ, ਫੇਰ ਨਹੀਂ ਕਰਨਾ ਗਾ। ਉਹ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮਨ ਮਾਇਆ ਦੀ ਮੈਲ ਦੇ ਥੱਲੇ ਸ਼ੁੱਧ ਆਤਮਾ ਵੀ ਦਬੀ ਹੋਈ ਹੈ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀਗੇ ਕਿ ਤੋਬੀ ਜੈਂਟਲਮੈਨ ਦਾ ਕੱਪੜਾ ਵੀ ਲੈ ਲੈਂਦਾ ਹੈ, ਤੇਲੀ ਹਲਵਾਈ ਦਾ ਕੱਪੜਾ ਵੀ ਲੈ ਲੈਂਦਾ ਹੈ। ਉਹਨੂੰ ਆਪਣੇ ਕਰਤੱਵ ਦੇ ਉੱਤੇ ਮਾਣ ਹੁੰਦਾ ਹੈ, ਉਹਨੂੰ ਪਤਾ ਹੈ ਕਿ ਇੱਕ ਧੋ ਨਾਲ ਨਹੀਂ ਤਾਂ ਮੈਂ ਦੂਸਰੀ ਨਾਲ ਸਾਫ਼ ਕਰ ਲੂੰਗਾ, ਮੈਂ ਇਹਦੇ ਵਿੱਚੋਂ ਸਫੈਦੀ ਜ਼ਰੂਰ ਨਿਕਾਲ ਲੂੰਗਾ। ਸੰਤਾਂ ਨੂੰ ਆਪਦੇ ਨਾਮ ਦੇ ਉੱਤੇ ਭਰੋਸਾ ਹੁੰਦਾ ਹੈ ਕਿ ਅਸੀਂ ਜਿਸ ਦੇ ਅੰਦਰ ਰੱਖ ਦੇਵਾਂਗੇ ਇਹ ਸੰਤ ਬਣ ਜਾਏਗਾ, ਇਹ ਅੱਛਾ ਜੀਵ ਬਣ ਜਾਏਗਾ, ਭਗਤ ਬਣ ਜਾਏਗਾ। ਕਬੀਰ ਸਾਹਿਬ ਕਹਿੰਦੇ ਆ ਕਿ ਮਹਾਤਮਾ ਸਾਨੂੰ ਨਾਮ ਕੋਈ ਤਨੀ ਸਮਝ ਕੇ ਨਹੀਂ ਦਿੰਦੇ, ਕੋਈ ਅਕਲਬੰਦ ਸਮਝ ਕੇ ਨਹੀਂ ਦਿੰਦੇ ਗੇ, ਔਰ ਉਹ ਜ਼ਿਆਦੇ ਸਮਾਜਿਕ ਸੁਧਾਰ ਸਮਝ ਕੇ ਨਹੀਂ ਦਿੰਦੇ ਗੇ। ਉਹਨਾਂ ਨੂੰ ਰਹਿਮ ਆਉਂਦਾ ਹੈ, ਰਹਿਮ ਦਾ ਸਮੁੰਦਰ ਉਛਲ ਪੈਂਦਾ ਹੈ। ਅਸੀਂ ਆਪਦੀ ਗਤੀ ਕੈਸੀ ਕਰੀ ਬੈਠੇ ਹੈ, ਸਵਾਨ ਸਮਾਨ ਕਰੀ ਗਤ ਆਪਣੀ। ਜਿਸ ਤਰ੍ਹਾਂ ਕੁੱਤਾ ਹੈ, ਪਸ਼ੂ ਪੰਛੀ ਹੈ, ਕਦੇ ਕਿਤੇ ਜਾ ਕੇ ਜਨਮ ਲੈਂਦੇ ਹੈ, ਕਦੇ ਕਿਤੇ ਲੈਂਦੇ ਹੈ, ਇਨਸਾਨ ਬਣ ਕੇ ਸੁੱਖ ਦਾ ਚਾਅ ਨਹੀਂ ਲੈ ਰਹੇ, ਸੰਤ ਦੁਆਰੇ ਜਦੋਂ ਜਾਂਦੇ ਹੈ ਫਿਰਦੇ ਫਿਰਦੇ, ਉਹ ਸਾਡੇ ਉੱਤੇ ਰਹਿਮ ਕਰਕੇ ਥੋੜ੍ਹਾ ਬਹੁਤਾ ਅੰਨ ਪਾ ਦਿੰਦੇ ਹੈ। ਉਹ ਕੋਈ ਉਸ ਗੰਡਕ ਨੂੰ ਜ਼ਿਆਦਾ ਅੱਛਾ ਨਹੀਂ ਸਮਝਦੇ ਗੇ, ਸਿਰਫ ਵੀ ਚਲੋ ਵਿਚਾਰਾ ਆਇਆ ਹੈ। ਇਸੇ ਤਰ੍ਹਾਂ ਜਦ ਅਸੀਂ ਸੰਤਾਂ ਦੇ ਦੁਆਰੇ 'ਤੇ ਚਲੇ ਜਾਂਦੇ ਹਾਂ, ਸੰਤ ਵੀ ਸਾਨੂੰ ਰਹਿਮ ਕਰਕੇ, ਦਇਆ ਕਰਕੇ ਨਾਮ ਦੀ ਰੋਟੀ, ਨਾਮ ਦਾ ਪਾਣੀ ਪਿਆ ਦਿੰਦੇ ਹੈ। ਨਾਮ ਸਨੇਹੀ ਸੰਤ, ਨਾਮ ਕੋ ਵਹੀ ਮਿਲਾਵੇ, ਵੇ ਹੈ ਵਾਕਿਫ ਕਾਰ, ਮਿਲਨ ਕੀ ਰਾਹ ਬਤਾਵੇ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ, ਪੜਿਆ ਪੜਾ ਸਕਦਾ ਹੈ ਪਹਿਲਵਾਨ, ਜਿਸਨੇ ਪਹਿਲਵਾਨੀ ਕਰੀ ਹੁੰਦੀ ਹੈ ਉਹ ਪਹਿਲਵਾਨੀ ਸਿਖਾ ਸਕਦਾ ਹੈ। ਸੰਤ ਮਹਾਤਮਾ ਅੰਦਰ ਜਾਣ ਦੇ ਵਾਕ ਵਕਾਰ ਹੁੰਦੇ ਹੈ, ਉਹਨਾਂ ਨੂੰ ਅੰਦਰ ਜਾਣ ਦੀ ਬੜੀ ਮੁਹਾਰਤ ਹੁੰਦੀ ਹੈ। ਇਸ ਵਾਸਤੇ ਆਪ ਕਹਿਣ ਲੱਗੇ ਉਹ ਵਾਕ ਵਕਾਰ ਹੈ, ਉਹ ਅੰਦਰ ਜਾਣ ਦੀ ਯੁਕਤੀ ਸਾਨੂੰ ਸਮਝਾ ਦਿੰਦੇ ਹੈ ਔਰ ਅੰਦਰ ਜਾਣ ਦੇ ਵਿੱਚ ਮਦਦ ਕਰਦੇ ਹੈ। ਉਹ ਇਹ ਨਹੀਂ ਕਹਿੰਦੇ ਤੁਸੀਂ ਇਕੱਲੇ ਜਾਓ, ਉਹਨਾਂ ਨੂੰ ਪਤਾ ਹੈ ਕਿ ਅੰਦਰ ਬੜੀਆਂ ਹੀ ਭੂਲ ਭੁਲੱਈਆਂ ਕਾਲ ਨੇ ਰੱਖੀਆਂ ਹੋਈਆਂ ਹਨ। ਭੁੱਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ। ਕਹਿਣ ਲੱਗੇ ਜਿੱਥੇ ਵੀ ਸੇਵਕ ਭੁੱਲਦਾ ਹੈ ਉੱਥੇ ਉਹ ਸਾਥ ਹੁੰਦੇ ਹੈ, ਦੱਸਦੇ ਆ ਬੇਟਾ ਇੱਧਰ ਨਹੀਂ, ਇਸ ਪਾਸੇ ਜਾਣਾ ਹੈ, ਇਹ ਤੇਰਾ ਰਸਤਾ ਹੈ। ਕਿਸੇ ਨੇ ਅਮਰੀਕਾ ਜਾਣਾ ਹੈ, ਅਗਰ ਉਹਨਾਂ ਦੀਆਂ ਡਾਇਰੈਕਟਰੀਆਂ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਅਸੀਂ ਜਾਣਕਾਰੀ ਪ੍ਰਾਪਤ ਕਰੀਏ, ਅਸੀਂ ਮਾਹਰ ਹੋ ਸਕਦੇ ਹਾਂ। ਨਕਸ਼ਾ ਦੇਖਾਂਗੇ ਕਿ ਕਿਹੜੇ ਪਾਸੇ ਅਮਰੀਕਾ ਹੈ, ਕਿਤਨਾ ਸਫ਼ਰ ਹੈ ਔਰ ਕਿਤਨਾ ਕਿਰਾਇਆ ਲੱਗਦਾ ਹੈ, ਸਭ ਕੁਛ ਦੇ ਵਿੱਚ ਅਸੀਂ ਨਿਪੁੰਨ ਹੋ ਜਾਂਦੇ ਹਾਂ। ਲੇਕਿਨ ਜਦ ਤੱਕ ਅਸੀਂ ਟਿਕਟ ਲੈ ਕੇ ਹਵਾਈ ਜਹਾਜ਼ 'ਚ ਨਹੀਂ ਬੈਠ ਜਾਂਦੇ ਗੇ, ਅਸੀਂ ਆਪਣਾ ਸਫ਼ਰ ਸ਼ੁਰੂ ਨਹੀਂ ਕਰ ਸਕਦੇ ਗੇ। ਇਸ ਤੋਂ ਇੱਕ ਉਲਟ ਹੁੰਦਾ ਹੈ
ਕਿ ਜਿਹੜਾ ਆਦਮੀ ਅਮਰੀਕਾ ਦੇ ਵਿੱਚੋਂ ਆਇਆ ਹੋਵੇ, ਅਗਰ ਅਸੀਂ ਉਸ ਨੂੰ ਮਿਲੀਏ, ਉਹਨੂੰ ਕਹੀਏ ਕਿ ਪਿਆਰਿਆ ਅਸੀਂ ਅਮਰੀਕਾ ਜਾਣਾ ਹੈ, ਤੂੰ ਸਾਡੀ ਮਦਦ ਕਰ। ਉਹ ਵਾਕ ਵਕਾਰ ਹੈ ਉੱਥੋਂ ਦਾ, ਸਿਰਫ ਅਸੀਂ ਉਸ ਦੇ ਕਹਿਣ ਮੁਤਾਬਕ ਟਿਕਟ ਹੀ ਲੈਣੀ ਹੈ, ਜਹਾਜ਼ 'ਚ ਬੈਠਣਾ, ਜਾ ਕੇ ਉਹ ਉੱਥੇ ਸਾਡੀ ਅੱਛੀ ਦੇਖਭਾਲ ਕਰੇਗਾ, ਜਿਸ ਚੀਜ਼ ਦੀ ਜ਼ਰੂਰਤ ਹੋਈ ਉਹ ਵੀ ਦੇਵੇਗਾ। ਤੁਸੀਂ ਦੇਖ ਸਕਦੇ ਹੋ ਕਿ ਵਾਕ ਵਕਾਰ ਦਾ ਕਿਤਨਾ ਸੁੱਖ ਹੋ ਜਾਂਦਾ ਹੈ ਦੁਨੀਆਂ ਦੇ ਕਾਰੋਬਾਰ ਵਿੱਚ ਵੀ। ਇਸੇ ਤਰ੍ਹਾਂ ਸੰਤ ਮਹਾਤਮਾ ਉਹ ਸ਼ਬਦ ਦੇ, ਨਾਮ ਦੇ, ਪ੍ਰਭੂ ਦੇ ਵਾਕ ਵਕਾਰ ਹੁੰਦੇ ਹੈ, ਉਹ ਜਾ ਕੇ ਸੇਵਕ ਨੂੰ ਅੱਗੇ ਖੜਾ ਕਰ ਦਿੰਦੇ ਹੈ ਕਿ ਹੇ ਪ੍ਰਭੂ, ਇਹ ਤੇਰੀ ਆਤਮਾ ਹੈ, ਇਹ ਤੇਰਾ ਬੱਚਾ ਹੈ, ਭੁੱਲ ਗਿਆ ਸੀਗਾ, ਗਲਤੀ ਬਖਸ਼ਾਉਣ ਵਾਸਤੇ ਆਇਆ ਹੈ। ਵਾਕਿਫ ਕਾਰ ਮਿਲਨ ਕੀ ਰਾਹ ਬਤਾਵੇ, ਜਪ ਤਪ ਤੀਰਥ ਬਰਤ ਕਰੇ ਬੋਤੀਰਾ ਵਸੀਲਾ ਸੰਤ ਨਾਮ ਸੇ ਪੇਂਟ ਨਾ ਹੋਈ। ਪਲਟੋ ਸਾਹਿਬ ਕਹਿੰਦੇ ਹੈ, ਬੇਸ਼ੱਕ ਕੋਈ ਕਿਤਨਾ ਵੀ ਪ੍ਰੇਮ ਪਿਆਰ ਨਾ, ਜਪ ਹੈ, ਤਪ ਹੈ, ਵਰਤ ਹੈ, ਰੱਖ ਲਵੇ, ਕਰ ਲਵੇ, ਕਹਿਣ ਲੱਗੇ ਪ੍ਰਭੂ ਨਹੀਂ ਮਿਲਦਾ ਗਾ, ਇਹ ਸਾਡੇ ਬਾਹਰਲੇ ਸਾਧਨ ਹਨ, ਇਹਨਾਂ ਨਾਲ ਹੰਕਾਰ ਜ਼ਰੂਰ ਆ ਜਾਏਗਾ ਦਿਲ ਵਿੱਚ ਕਿ ਮੈਂ ਇਤਨੇ ਜਪ ਤਪ ਕੀਤੇ ਹੈ, ਔਰ ਜਾਂ ਮੈਂ ਇਤਨੇ ਵਰਤ ਰੱਖੇ ਹੋਏ ਹੈ। ਆਪ ਕਹਿਣ ਲੱਗੇ, ਸੰਤ ਇੱਕ ਵਸੀਲਾ ਹੁੰਦੇ ਹੈ, ਉਹ ਮਿਲਾਉਣ ਵਾਸਤੇ ਵਿਚੋਲੇ ਹੁੰਦੇ ਹੈ। ਗੁਰੂ ਨਾਨਕ ਨੇ ਵਕੀਲ ਕਰਕੇ ਵੀ ਬਿਆਨ ਕੀਤੇ ਹੈ, ਹਰ ਦਰਗਾਹ ਦਾ ਵਸੀਠ। ਕਹਿਣ ਲੱਗੇ, ਉਹ ਜਿਸ ਤਰ੍ਹਾਂ ਵਕੀਲ ਝਗੜਦਾ ਹੈ, ਉਹ ਕੋਰਟ ਦੇ ਵਿੱਚ ਮਾਫ਼ ਕਰਾ ਦਿੰਦਾ ਹੈ, ਅੱਛਾ ਇਸੇ ਤਰ੍ਹਾਂ ਗੁਰੂ ਵੀ ਇੱਕ ਵਿਚੋਲਾ ਬਣ ਕੇ, ਵਕੀਲ ਬਣ ਕੇ ਸੰਸਾਰ ਵਿੱਚ ਆਉਂਦਾ ਹੈ। ਬਿਨਾ ਵਸੀਲਾ ਸੰਤ ਨਾਮ ਸੇ ਪੇਂਟ ਨਾ ਹੋਈ, ਕੋਟਨ ਕਰੇ ਉਪਾਏ ਪਟਕ ਸਗਰੋਂ ਸੇ ਆਵੇ, ਸੰਤ ਦਵਾਰੇ ਜਾਏ ਨਾਮ ਕੋ ਕਰ ਤਬ ਪਾਵੇ। ਪਲਟੂ ਸਾਹਿਬ ਕਹਿੰਦੇ ਆ, ਮੈਂ ਤਾਂ ਜਪ ਤਪ ਪੂਜਾ ਪਾਠ ਥੋੜ੍ਹਿਆਂ ਜਿਹਾ ਦਾ ਹੀ ਨਾਂ ਲਿਆ ਹੈ। ਕਹਿਣ ਲੱਗੇ, ਹੋਰ ਵੀ ਕਰੋੜਾਂ ਵੀ ਉਪਾਉ ਕੋਈ ਬਾਰਮੁਖੀ ਕਰ ਲਵੇ, ਤਦ ਵੀ ਉਹ ਨਾਮ ਨੂੰ ਮਿਲ ਨਹੀਂ ਸਕਦਾ ਗਾ, ਪ੍ਰਭੂ ਨੂੰ ਪਾ ਨਹੀਂ ਸਕਦਾ ਗਾ। ਪਾਣੀ ਪਾਣੀ ਕਰਨ ਨਾਲ ਪਿਆਸ ਨਹੀਂ ਬੁਝਦੀ ਗੀ, ਇਹ ਜ਼ਰੂਰ ਹੈ ਕਿ ਪਿਆਸ ਦੇ ਅੰਦਰ ਵਾਧਾ ਜ਼ਰੂਰ ਹੋ ਜਾਏਗਾ। ਇਸੇ ਤਰ੍ਹਾਂ ਜਿੰਨਾ ਵੀ ਅਸੀਂ ਬਾਰਮੁਖੀ ਸਾਧਨ ਅਪਣਾਵਾਂਗੇ, ਉਤਨਾ ਹੀ ਅਸੀਂ ਜ਼ਿਆਦਾ ਭਟਕ ਜਾਂਦੇ ਹਾਂ, ਸਾਡੇ ਅੰਦਰ ਉਤਨੇ ਜ਼ਿਆਦਾ ਭਰਮ ਵਹਿਮ ਪੈਦਾ ਹੋ ਜਾਂਦੇ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਕਿ ਅਸੀਂ 22 ਸਾਲ ਖੋਜਿਆ,
ਬਹੁਤ ਸਾਰੇ ਉਹ ਵੀ ਸਮਾਜਾਂ ਦੇ ਵਿੱਚ ਗਏ ਸਨ। ਲੇਕਿਨ ਕਰ ਕਦ ਪੂਰਾ ਹੋਇਆ ਜਦ ਬਾਬਾ ਜੈਮਲ ਸਿੰਘ ਜੀ ਮਿਲੇ, ਉਹਨਾਂ ਨੇ ਅੰਦਰ ਜਾਣ ਦਾ ਰਸਤਾ ਦੱਸਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਪਾਠ ਪੜ੍ਹਿਓ ਹਰ ਵੇਦ ਵਿਚਾਰਿਓ, ਨਿਵਲ ਭੋਏ ਅੰਗਮ ਸਾਧੇ, ਪੰਜ ਜਨਾ ਸੋ ਸੰਗ ਨ ਛੁਟਕੇ, ਅਧਕ ਐ ਬੁੱਧ ਵਾਧੇ, ਮੋਨ ਰਿਹੋ ਕਰ ਪਾਤੀ ਰਿਹੋ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁੱਧਾ ਛੁਟਕੇ ਨਾਹੀ, ਪਿਆਰੇ ਇਨ ਵਿਦ ਮਿਲਣ ਜਾਈ, ਹਾਰ ਪਰਿਆ ਸਵਾਮੀ ਕੇ ਦੁਆਰੇ, ਦੀਜੈ ਬੁੱਧ ਬਵੇਕਾਰ। ਸਵਾਮੀ ਦੇ ਦਰ ਦੇ ਉੱਤੇ ਆਇਆ, ਉਹਨਾਂ ਨੇ ਵਿਵੇਕ ਬੁੱਧੀ ਦਿੱਤੀ, ਨਾਮ ਦਾ ਭੇਦ ਦਿੱਤਾ। ਇਹੀ ਪਲਟੂ ਸਾਹਿਬ ਕਹਿੰਦੇ ਆ, ਕਰੋੜਾਂ ਉਪਾਅ ਕਰਕੇ ਅਸੀਂ ਕਾਮਯਾਬ ਨਹੀਂ ਹੁੰਦੇ ਗੇ, ਜਦ ਸੰਤਾਂ ਦੇ ਦੁਆਰੇ ਦੇ ਉੱਤੇ ਆਏ ਫਿਰ ਹੀ ਸਾਨੂੰ ਨਾਮ ਦੇ ਪਾਸ ਪਹੁੰਚਣ ਦਾ, ਆਪਦੇ ਘਰ ਸੱਚਖੰਡ ਪਹੁੰਚਣ ਦਾ ਰਸਤਾ ਮਿਲਿਆ। ਕਬੀਰ ਸਾਹਿਬ ਕਹਿੰਦੇ ਆ, ਰਾਮ ਕ੍ਰਿਸ਼ਨ ਸੇ ਕੋਬੜੋ, ਤਿੰਨਹੂ ਕੀ ਗੁਰੀ ਕੀਨ, ਤੀਨ ਲੋਕ ਕੇ ਨਹਿਕਾਂ ਗੁਰ ਅੱਗੇ ਅਧੀਨ। ਸੰਤ ਦੁਆਰੇ ਜਾਈ, ਨਾਮ ਕੋ ਕਰ ਤਬ ਪਾਵੇ, ਪਲਟੂਏ ਪ੍ਰਾਣ ਪਰ ਆਦ ਸੇਤੀਓ ਅੰਤ, ਸੰਤ ਸਨੇਹੀ ਨਾਮ ਹੈ, ਨਾਮ ਸਨੇਹੀ ਸੰਤ। ਪਲਟੂ ਸਾਹਿਬ ਕਹਿੰਦੇ ਆ, ਇਹ ਮੈਂ ਹੀ ਤੁਹਾਨੂੰ ਨਹੀਂ ਦੱਸ ਸਕਦਾ, ਦੱਸ ਰਿਹਾ ਕਿ ਨਾਮ ਦੇ ਭੰਡਾਰੀ, ਨਾਮ ਦੇ ਸੰਦੇਸ਼ੀ ਸੰਤ ਹੁੰਦੇ ਹੈ। ਇਹ ਆ ਜਗਾ ਤੇ ਤੁਰਿਆ ਆਉਂਦਾ ਹੈ, ਚਾਹੇ ਸਤਯੁਗ ਹੈ, ਤ੍ਰੇਤਾ ਹੈ, ਦੁਆਪੁਰ ਹੈ, ਚਾਹੇ ਅੱਜ ਕੱਲ ਯੁਗ ਹੈ, ਹਰ ਯੁਗ ਦੇ ਵਿੱਚ ਨਾਮ ਦੀ ਮੁਕਤੀ ਮੰਨੀ ਗਈ ਹੈ। ਆਪ ਕਹਿਣ ਲੱਗੇ, ਆਦ ਤੋਂ ਲੈ ਕੇ ਅੰਤ ਤੱਕ ਇਹੀ ਤਰੀਕਾ ਪ੍ਰਭੂ ਦੇ ਮਿਲਣ ਦਾ ਹੈ। ਇਹ ਨਾਮ ਸ਼ਬਦ ਦਾ ਤਰੀਕਾ ਕਿਸੇ ਇਨਸਾਨ ਦਾ ਬਣਾਇਆ ਹੋਇਆ ਨਹੀਂ, ਇਹ ਉਤਨਾ ਹੀ ਪੁਰਾਣਾ ਹੈ ਜਿਤਨਾ ਕਿ ਪ੍ਰਭੂ ਪੁਰਾਣਾ ਹੈ। ਇਹ ਪ੍ਰਭੂ ਦੀ ਖੁਦ ਦੀ ਕਿਰਤ ਹੈ, ਕਿਸੇ ਇਨਸਾਨ ਦੀ ਕਿਰਤ ਨਹੀਂ। ਅਸੀਂ ਇਸ ਨੂੰ ਘਟਾ ਨਹੀਂ ਸਕਦੇ, ਵਧਾ ਨਹੀਂ ਸਕਦੇ, ਤਬਦੀਲ ਨਹੀਂ ਕਰ ਸਕਦੇ ਗੇ। ਸੰਤਾਂ ਮਹਾਤਮਾ ਬਗੈਰ ਸੰਸਾਰ ਸੁਣਨਾ ਨਹੀਂ ਰਹਿੰਦਾ। ਉਹ ਪ੍ਰਭੂ ਆਪਦੇ ਆਤਮਾ ਵਾਸਤੇ ਜ਼ਰੂਰ ਆਪਣੇ ਪਿਆਰੇ ਬੱਚਿਆਂ ਨੂੰ ਭੇਜਦਾ ਹੈ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀਗੇ, ਇੱਕ ਬਲਬ ਫਿਊਜ਼ ਹੋ ਜਾਂਦਾ, ਦੂਸਰਾ ਉਸਦੇ ਥਾਂ ਆ ਕੇ ਲੱਗ ਜਾਂਦਾ ਹੈ, ਉਹੀ ਪ੍ਰਕਾਸ਼ ਹੁੰਦਾ ਹੈ। ਕਬੀਰ ਸਾਹਿਬ ਕਹਿੰਦੇ ਹੈ, ਅਗਨੀ ਲੱਗੀ ਆਕਾਸ਼ ਕੋ, ਝੜ ਝੜ ਪੈਣ ਅੰਗਿਆਰ, ਸੰਤ ਨਾ ਹੋਤੇ ਜਗਤ ਮੇ ਤੇ ਜਲ ਮਰਤਾ ਸੰਸਾਰ। ਸੋ ਸਾਨੂੰ ਵੀ ਚਾਹੀਦਾ ਹੈ ਕਿ ਸੰਤਾਂ ਮਹਾਤਮਾ ਦੇ ਕਹਿਣ ਦੇ ਮੁਤਾਬਕ ਸ਼ਬਦ ਨਾਮ ਦੀ ਕਮਾਈ ਕਰੀਏ। ਨਾਮ ਦੀ ਕਮਾਈ ਕਰਨਾ ਕੋਈ ਅਸੀਂ ਕਿਸੇ ਦੇ ਉੱਪਰ ਆਸਾਨ ਨਹੀਂ ਕਰ ਰਹੇ, ਇਹ ਅਸੀਂ ਆਪਣੇ ਉੱਤੇ ਉੱਪਰ ਹੀ ਰਹਿਮ ਕਰ ਰਹੇ ਹੁੰਦੇ ਹਾਂ। ਸਵਾਮੀ ਜੀ ਮਹਾਰਾਜ ਕਹਿੰਦੇ ਹੈ, ਆਪਣੇ ਜੀਵ ਕੀ ਦਇਆ ਪਾਲੋ, 84 ਕਾ ਫੇਰ ਬਚਾਲੋ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ, 84 ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੇ, ਸੋ ਆਏ ਜਾਏ ਦੁੱਖ ਪਾਏ ਦਾ। ਸਾਨੂੰ ਆਪਣੀਆਂ ਪਲੈਨਿੰਗਾਂ ਬਣਾਉਣ 'ਚ ਹੀ ਨਹੀਂ ਟਾਈਮ ਖਰਾਬ ਕਰ ਦੇਣਾ ਚਾਹੀਦਾ ਕਿ ਕੱਲ੍ਹ ਨੂੰ ਅਭਿਆਸ ਕਰਾਂਗੇ ਜਾਂ ਆਹ ਕਾਰੋਬਾਰ ਕਰਨਗੇ ਫਿਰ ਅਭਿਆਸ ਕਰਾਂਗੇ। ਪਤਾ ਨਹੀਂ ਪਰਮਾਤਮਾ ਦੀ ਪਲੈਨਿੰਗ ਕੀ ਹੈ,
ਕਦ ਆਵਾਜ਼ ਪੈ ਜਾਣੀ ਹੈ, ਕਦ ਸਾਥ ਸੁਨਹਿਰੀ ਮੌਕਾ ਇਨਸਾਨ ਦਾ ਖੁੱਸ ਜਾਣਾ ਹੈ। ਪਲਟੂ ਸਾਹਿਬ ਨੇ ਸਾਨੂੰ ਪਿਆਰ ਦੇ ਨਾਲ ਸਮਝਾ ਦਿੱਤਾ ਕਿ ਸੰਤ ਮਹਾਤਮਾ ਨਾਮ ਦੇ ਸੰਦੇਸ਼ੀ ਬਣ ਕੇ ਆਉਂਦੇ ਹੈ, ਉਹ ਵਾਕ ਵਕਾਰ ਹੁੰਦੇ ਹੈ, ਉਹ ਨਾਮ ਦੇ ਨਾਲ ਮਿਲਾਉਣ ਵਾਸਤੇ ਆਉਂਦੇ ਹੈ। ਔਰ ਕਿਤਨੇ ਵੀ ਅਸੀਂ ਮਨ ਬੁੱਧੀ ਨਾਲ ਉਪਾਅ ਕਰ ਲਈਏ, ਅਸੀਂ ਕਾਰਗਰ ਨਹੀਂ ਹੋ ਸਕਦੇ ਗੇ। ਜਦ ਵੀ ਅਸੀਂ ਕਾਮਯਾਬ ਹੁੰਦੇ ਹਾਂ, ਸੰਤਾਂ ਦੇ ਦੁਆਰੇ ਉੱਤੇ ਆ ਕੇ ਸੰਤਾਂ ਤੋਂ ਨਾਮ ਲੈ ਕੇ ਹੁੰਦੇ ਹੈ। महाराज कृपाल ने ये कहा था कि जो जिसके अंतर में उसका अपना आपा ही भरा हुआ है, वो अपने आप को दूसरों से बड़ा समझता है और इसलिए वो एक सीमा बांध देता है। मतलब दूसरों से वो अपने आप को बड़ा ही समझता है, अलग ही समझता है। तो हम अपनी रोजाना जिंदगी में इस बुराई से कैसे ऊपर उठ सकते हैं, किस तरह से हम सब कुछ पर भरपूर होते हुए भी अपने आप को दूसरों से बड़ा ना समझें। ਸਭ ਸੰਤਾਂ ਨੇ ਇਹੀ ਕਿਹਾ, ਸਭ ਬਿਮਾਰੀਆਂ ਦੀ ਦਵਾਈ ਨਾਮ ਹੈ। ਅਗਰ ਅਸੀਂ ਸ਼ਬਦ ਨਾਮ ਦੀ ਕਮਾਈ ਕਰੀਏ, ਗੁਰੂ ਕੁੱਲ ਮਾਲਕ ਦੇ ਵਿੱਚ ਸਮਾਇਆ ਹੁੰਦਾ ਹੈ, ਕੁੱਲ ਮਾਲਕ ਬਣ ਕੇ ਵੀ ਉਹ ਆਪਦੇ ਅੰਦਰ ਕਿੰਨੀ ਨਿਮਰਤਾ ਰੱਖਦਾ ਹੈ, ਅਗਰ ਅਸੀਂ ਇਸ ਗੱਲ ਨੂੰ ਸਮਝ ਲਈਏ ਤਾਂ ਸਾਡੇ ਅੰਦਰ ਸੁਭਾਵਕ ਹੀ ਨਿਮਰਤਾ ਆ ਜਾਂਦੀ ਹੈ। ਪਹਿਲਾਂ ਤਾਂ ਅਸੀਂ ਦੁਨਿਆਵੀ ਤੌਰ 'ਤੇ ਥੋੜ੍ਹਾ ਬਹੁਤਾ ਸੋਚਦੇ ਹਾਂ ਕਿ ਕਿਹੜੀ ਵਸਤੂ ਹੈ ਜਿਹਦਾ ਅਸੀਂ ਹੰਕਾਰ ਕਰੀਏ, ਜਿਸ ਵਸਤੂ ਨੇ ਸਾਡੇ ਨਾਲ ਨਹੀਂ ਜਾਣਾ ਉਹਦਾ ਕੀ ਹੰਕਾਰ ਕਰਨਾ ਹੈ। ਸ਼ਬਦ ਨਾਮ ਇਹ ਸਾਡੇ ਸਾਥ ਜਾਊਗਾ ਜੋ ਗੁਰੂ ਨੇ ਸਾਡੇ ਅੰਦਰ ਟਿਕਾਇਆ ਹੋਇਆ ਹੈ। ਤਾਂ ਜਦੋਂ ਅਸੀਂ ਸ਼ਬਦ ਨਾਮ ਦੀ ਤਰਫ ਤਵੱਜੋ ਦਿੰਦੇ ਹਾਂ, ਜੋ ਗੁਰੂ ਦੇ ਗੁਣ ਹੈ ਉਹ ਸਾਡੇ ਅੰਦਰ ਟਿਕਣੇ ਸ਼ੁਰੂ ਹੋ ਜਾਂਦੇ ਹੈ, ਜਿਹੜੇ ਸਾਡੇ ਐਬ ਹੰਕਾਰ ਹੈ ਉਹ ਅੰਦਰੋਂ ਨਿਕਲਣੇ ਸ਼ੁਰੂ ਹੋ ਜਾਂਦੇ ਹੈ। ਸੰਤ ਸਾਨੂੰ ਹਮੇਸ਼ਾ ਹੀ ਦੱਸਦੇ ਹੈ, ਦੁਨੀਆਂ 'ਚ ਕੈਰ ਬਣ ਕੇ ਨਾ ਜੀਓ, ਬਹਾਦਰ ਬਣ ਕੇ ਜੀਓ, ਦੁਨੀਆਂ ਦੀ ਅਸਲੀਅਤ ਨੂੰ ਸਮਝ ਕੇ ਜੀਓ। ਦੁਨੀਆਂ ਪਰਮਾਤਮਾ ਨੇ ਅੱਛੀ ਬਣਾਈ ਹੈ, ਅਗਰ ਇਹਨੂੰ ਅਸੀਂ ਆਪਣੀ ਨਾ ਬਣਾਈਏ। ਇਹ ਸਾਡੀ ਸੇਵਾ ਵਾਸਤੇ ਚੀਜ਼ਾਂ ਬਣੀਆਂ ਹਨ, ਇਹਨਾਂ ਦੇ ਸੇਵਾਦਾਰ ਹੀ ਨਾ ਅਸੀਂ ਬਣ ਕੇ ਬੈਠ ਜਾਈਏ। ਪਤੀ ਪਤਨੀ ਦਾ ਬੜਾ ਅਤੁੱਟ ਰਿਸ਼ਤਾ ਹੁੰਦਾ ਹੈ, ਅਗਰ ਉਹ ਹੰਕਾਰ ਕਰਨ ਕਿ ਅਸੀਂ ਹੈ ਜੋ ਕੁਛ ਹੈ, ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਐਸਾ ਵਕਤ ਆਏਗਾ, ਐਸੇ ਮੋੜ 'ਤੇ ਅਸੀਂ ਪਹੁੰਚ ਜਾਵਾਂਗੇ ਜਦੋਂ ਅਸੀਂ ਇੱਕ ਦੂਸਰੇ ਦੀ ਮਦਦ ਨਹੀਂ ਕਰ ਸਕਾਂਗੇ। ਕਿਸ ਚੀਜ਼ ਦਾ ਹੰਕਾਰ ਕਰਦੇ ਹਾਂ, ਕੀ ਪੁੱਤਰਾਂ ਧੀਆਂ ਦਾ ਹੰਕਾਰ ਹੈ ਕਿ ਉਹ ਸਾਡੇ ਸਾਥ ਜਾਣਗੇ, ਕੀ ਜਾਇਦਾਦ ਦਾ ਹੰਕਾਰ ਹੈ ਉਹ ਸਾਡੇ ਨਾਲ ਜਾਣਗੇ, ਕੀ ਵਿੱਦਿਆ ਦਾ ਪੜ੍ਹ ਪੜ੍ਹਾਈ ਦਾ ਮਾਨ ਹੈ ਕਿ ਇਹ ਸਾਡੇ ਸਾਥ ਚਲੀ ਜਾਏਗੀ। ਹੰਕਾਰ ਕੀ ਅਸੀਂ ਸਿਹਤ ਦਾ ਕਰਦੇ ਹਾਂ, ਬੁਖਾਰ ਹੋ ਜਾਂਦਾ ਹੈ,
ਜਿਹੜਾ ਮੂੰਹ ਦੋ ਦਿਨਾਂ ਵਿੱਚ ਨਿਕਲਿਆ ਆਉਂਦਾ ਹੈ ਕਿ ਧਨ ਦੌਲਤ ਦਾ ਹੰਕਾਰ ਕਰਦੇ ਹਾਂ ਤੇ ਬਿਰਛ ਦਾ ਛਾਇਆ ਹੈ, ਅੱਜ ਕਿਸੇ ਕੋਲੇ ਹੈ ਕੱਲ ਨੂੰ ਕਿਸੇ ਕੋਲੇ ਹੋਏਗੀ, ਕਿ ਜਵਾਨੀ ਦਾ ਮਾਣ ਕਰਦੇ ਹਾਂ ਜਿਹੜੇ ਅੱਜ ਬੁੱਢੇ ਹੋਏ ਫਿਰਦੇ ਹੈ, ਜਿਨ੍ਹਾਂ ਦੀ ਕੋਈ ਪੁੱਛ ਗਿੱਛ ਨਹੀਂ ਘਰਾਂ ਦੇ ਵਿੱਚ, ਕਿਸੇ ਵਕਤ ਉਹ ਵੀ ਜਵਾਨ ਸਨ। ਇੱਥੇ ਹੰਕਾਰ ਕਰਨ ਵਾਲੀ ਕੋਈ ਵੀ ਚੀਜ਼ ਨਹੀਂ, ਅਗਿਆਨਤਾ ਬਸ ਅਸੀਂ ਹੰਕਾਰ ਕਰਦੇ ਹਾਂ, ਮੇਰੀ ਪਤਨੀ ਹੈ, ਮੇਰੇ ਬੱਚੇ ਹੈ, ਮੈਂ ਆਲਮ ਫਾਜ਼ਿਲ ਹੈ, ਮੈਂ ਤਹੀ ਹਾਂ। ਲੇਕਿਨ ਜਦ ਅੱਖ ਖੁੱਲ੍ਹ ਜਾਂਦੀ ਹੈ, ਅਸੀਂ ਪਰਮਾਤਮਾ ਨੂੰ ਮਿਲ ਜਾਂਦੇ ਹਾਂ, ਸੱਚਿਆਈ ਦਾ ਉਦੋਂ ਹੀ ਪਤਾ ਲੱਗਦਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਕੋਈ ਕੰਜਰਾਂ ਦੇ ਨੌਕਰ ਸੀਗਾ, ਕਿਸੇ ਨੇ ਪੁੱਛਿਆ ਕਿ ਤਨਖਾਹ ਮਿਲਦੀ ਹੈ, ਉਹ ਕਹਿਣ ਲੱਗਿਆ ਰੋਟੀ ਕੱਪੜਾ ਤਮਾਸ਼ਾ ਬੱਜਤ ਦੇ ਵਿੱਚ। ਸੋ ਇਹੀ ਹਾਲਤ ਸਾਡੀ ਹੈ, ਅਸੀਂ ਇੱਥੋਂ ਕੀ ਲੈ ਕੇ ਜਾਵਾਂਗੇ। ਮੁੱਠੀ ਮੀਚ ਕੇ ਇਨਸਾਨ ਜਨਮ ਲੈਂਦਾ ਹੈ ਔਰ ਹੱਥ ਪਸਾਰ ਕੇ ਚਲਿਆ ਜਾਂਦਾ ਹੈ। ਗੁਰੂ ਨਾਨਕ ਨੇ ਕਿਹਾ, ਉਹ ਮੈਂ ਬੜਾ ਦੀਰਘ ਰੋਗ ਹੈ, ਵੱਡਾ ਹੈ, ਲਾ ਇਲਾਜ ਹੈ, ਇਹ ਮਿੱਠੀ ਤਪਦਿਕ ਹੈ ਜਿਸ ਨੂੰ ਲੱਗ ਜਾਵੇ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਜਿਨ੍ਹਾਂ ਤੋਂ ਤੂੰ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਉਹ ਤੇਰਾ ਦਿੱਤਾ ਸ਼ਬਦ ਨਾਮ ਦੀ ਕਮਾਈ ਕਰਦੇ ਹੈ। ਕੋਈ ਇੱਕ ਰੋਗ ਨਹੀਂ, ਕਈ ਪ੍ਰਕਾਰ ਦੇ ਰੋਗ ਲੱਗੇ ਹੋਏ ਹੈ। ਗੁਰੂ ਨਾਨਕ ਨੇ ਇੱਕ ਜਗ੍ਹਾ ਬਾਣੀ ਦੇ ਵਿੱਚ ਇਹਨਾਂ ਰੋਗਾਂ ਦਾ ਵਰਣਨ ਕੀਤਾ ਹੈ। ਕਹਿਣ ਲੱਗੇ ਕਿ ਹੋਮੈ ਦਾ ਰੋਗ ਮਨੁੱਖ ਦੇ ਹਿੱਸੇ ਵਿੱਚ ਆਇਆ ਹੈ। ਇਨਸਾਨ ਦੇ ਅੰਦਰ ਪੰਜ ਕਿਸਮ ਦੇ ਬੜੇ ਵੱਡੇ ਰੋਗ ਹਨ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ। ਮਿਰਗ, ਮੀਨ, ਪਤੰਗ, ਪੁੰਚ, ਏਕ ਦੋਖ, ਬਨਾਸ, ਪਾਂਚ ਦੋਖ, ਅਸਾਧ ਜਾਮੇ ਤਾਂ ਕੀ ਕੇਤਕ ਆਸ। ਮਿਰਗ ਨੂੰ ਸਿਰਫ ਇੱਕ ਕੰਨਾਂ ਦਾ ਰੋਗ ਹੈ, ਵਿਸ਼ਾ ਹੈ, ਉਹ ਸ਼ਬਦ ਨੂੰ ਸੁਣ ਕੇ ਬੜਾ ਖੁਸ਼ ਹੁੰਦਾ ਹੈ। ਜੋ ਸ਼ਿਕਾਰੀ ਲੋਕ ਹੈ ਉਹ ਉਹਦੀ ਕਮਜ਼ੋਰੀ ਤੋਂ ਬੜਾ ਫਾਇਦਾ ਉਠਾਉਂਦੇ ਹੈ। ਉਹ ਜੰਗਲ ਦੇ ਵਿੱਚ ਜਾ ਕੇ ਇੱਕ ਕਿਸਮ ਦਾ ਵਾਜਾ ਵਜਾਉਂਦੇ ਆ, ਜਿਸ ਨੂੰ ਘੰਡਾ ਹੇੜੀ ਦਾ ਸ਼ਬਦ ਵੀ ਕਹਿੰਦੇ ਹੈ। ਮਿਰਖ ਉਸ ਵਾਜੇ ਦੇ ਵੱਸ ਹੋ ਕੇ ਆਪਣਾ ਸਿਰ ਸ਼ਿਕਾਰੀ ਦੇ ਗੋਡਿਆਂ ਦੇ ਉੱਤੇ ਆ ਕੇ ਰੱਖ ਦਿੰਦਾ ਹੈ। ਹਾਲਾਂਕਿ ਉਸਨੂੰ ਪਤਾ ਹੈ ਕਿ ਮੈਂ ਇਹਦੇ ਨੇੜੇ ਹੂੰ ਤਾਂ ਮੌਤ ਹੈ, ਲੇਕਿਨ ਉਹ ਇਤਨਾ ਮਸਤ ਹੁੰਦਾ ਹੈ, ਉਹ ਕੰਨਾਂ ਦੇ ਵਿੱਚੋਂ ਆਵਾਜ਼ ਨੂੰ ਕੱਢਣੀ ਨਹੀਂ ਚਾਹੁੰਦਾ ਗਾ। ਉਹਨੂੰ ਹਾਂਡੀਆਂ ਚੜ੍ਹਨਾ ਪੈਂਦਾ ਹੈ, ਪੁਰਜਾ ਪੁਰਜਾ ਕਟਾਉਣਾ ਪੈਂਦਾ ਹੈ, ਕਿਸੇ ਦਾ ਖਾਜ ਬਣਨਾ ਪੈਂਦਾ ਹੈ। ਇੱਕ ਰੋਗ ਨੇ ਮਿਰਗ ਦੀ ਜਾਨ ਲੈ ਲਈ। ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਅੱਖਾਂ ਦਾ ਵਿਸ਼ਾ ਪਤੰਗੇ ਨੂੰ ਹੈ। ਉਹ ਦੀਵੇ ਦੀ ਲਾਟ ਦੇ ਜਲਣ ਜਾਣਦਾ ਹੈ। ਬੇਸ਼ੱਕ ਕਿਸੇ ਜਾਤੀ ਦਾ ਦੀਵਾ ਜਲਦਾ ਹੋਵੇ, ਉਹ ਦੇਖ ਕੇ ਰਹਿ ਨਹੀਂ ਸਕਦਾ। ਹਾਲਾਂਕਿ ਉਸਨੂੰ ਪਤਾ ਹੈ ਕਿ ਮੈਂ ਇਸਦੇ ਨਜ਼ਦੀਕ ਹੋਊਂਗਾ, ਲਾਟ ਦੇ ਮੇਰੇ ਪਲ ਜਲ ਪਾਰਾ ਜਿਹੜੇ ਜਲ ਜਾਣਗੇ, ਮੇਰੀ ਮੌਤ ਹੋ ਜਾਏਗੀ, ਜਲਣ ਦਾ ਬੜਾ ਕਸ਼ਟ ਹੈ। ਲੇਕਿਨ ਉਹਨੂੰ ਅੱਖਾਂ ਦਾ ਵਿਸ਼ਾ ਜਿਹੜਾ ਹੈ ਉਹ ਲਾਟ ਨੂੰ ਪਾਸੇ ਲਾਟ ਤੋਂ ਨਹੀਂ ਹੋ ਸਕਦਾ ਗਾ, ਆਪਣੀ ਜਾਨ ਦੇ ਦਿੰਦਾ ਹੈ। ਮੀਨ ਨੂੰ ਜੀਭ ਦਾ ਰੋਗ ਹੈ, ਜੀਭ ਦਾ ਵਿਸ਼ਾ ਹੈ। ਸ਼ਿਕਾਰੀ ਲੋਕ ਉਸ ਦੀ ਇਸ ਕਮਜ਼ੋਰੀ ਤੋਂ ਫਾਇਦਾ ਉਠਾਉਂਦੇ ਹੋਏ ਮਾਸ ਦਾ ਟੁਕੜਾ ਕੁੰਡੀ ਨੂੰ ਲਾ ਕੇ ਪਾਣੀ ਸਿੱੜ ਦਿੰਦੇ ਹੈ। ਉਹ
ਇਹ ਨਹੀਂ ਸੋਚਦੀ ਕਿ ਮੈਂ ਕੁੰਡੀ ਨੂੰ ਹੱਕ 'ਚ ਫਸਾਉਂਗੀ, ਮੇਰੀ ਮੌਤ ਹੋ ਜਾਏਗੀ। ਉਹ ਸਿਰਫ ਮਾਸ ਨੂੰ ਮੂੰਹ ਨਹੀਂ ਪਾਉਂਦੀ, ਕੁੰਡੀ ਨੂੰ ਹਲਕ ਵਿੱਚ ਫਸਾ ਲੈਂਦੀ ਹੈ, ਸ਼ਿਕਾਰੀ ਬਾਹਰ ਖਿੱਚ ਲੈਂਦੇ ਹੈ। ਉਹਨੂੰ ਕੀਮਾ ਕੀਮਾ ਹੋਣਾ ਪੈਂਦਾ ਹੈ। ਜਵਾਨ ਦੇ ਚਸਕੇ ਨੇ ਉਸ ਮੀਮ ਦੀ ਜਾਨ ਲੈ ਲਈ। ਹਾਥੀ ਨੂੰ ਕਾਮ ਦਾ ਰੋਗ ਹੁੰਦਾ ਹੈ, ਚਸਕਾ ਹੁੰਦਾ ਹੈ, ਵਿਸ਼ਾ ਹੁੰਦਾ ਹੈ। ਲੋਕ ਹਾਥੀ ਨੂੰ ਪਕੜਨ ਵਾਸਤੇ ਇੱਕ ਬਹੁਤ ਸਾਰਾ ਗੱਡਾ ਡੂੰਘਾ ਖੋਦ ਲੈਂਦੇ ਹੈ, ਉਸ ਦੇ ਉੱਪਰ ਬਿਲਕੁਲ ਮਾਮੂਲੀ ਛੱਤ ਡਾਲ ਦਿੰਦੇ ਹੈ, ਜਾਂ ਕੱਪੜੇ ਦੀ ਹਸਣੀ ਬਣਾ ਕੇ ਖੜੀ ਕਰ ਦਿੰਦੇ ਹੈ, ਜਾਂ ਕਾਗਜ਼ਾਂ ਦੀ ਬਣਾ ਕੇ ਖੜੀ ਕਰ ਦਿੰਦੇ ਹੈ। ਹਾਥੀ ਉਸ ਹਸਣੀ ਨੂੰ ਦੇਖ ਕੇ ਰਹਿ ਨਹੀਂ ਸਕਦਾ ਗਾ, ਫੌਰਨ ਉੱਧਰ ਨੂੰ ਦੌੜਦਾ ਹੈ ਆਪਣੀ ਹਵਸ਼ ਪੂਰੀ ਕਰਨ ਵਾਸਤੇ। ਅੱਗੇ ਆਉਂਦਾ ਹੈ, ਮਾਮੂਲੀ ਛੱਤ ਹੁੰਦੀ ਹੈ, ਉੱਪਰ ਕਾਗਜ਼ਾਂ ਦੀ ਪਾਈ, ਕਾਸ ਫੂਸ ਦੀ, ਉਹ ਵਿੱਚ ਗੱਡੇ ਦੇ ਡਿੱਗ ਪੈਂਦਾ ਹੈ। ਕਈ ਦਿਨ ਭੁੱਖਾ ਪਿਆਸਾ ਰਹਿੰਦਾ ਹੈ। ਆਖਰ ਉਹ ਹਾਥੀ ਪਕੜਨ ਵਾਲੇ ਅੰਕ ਸਮਾਰ ਮਾਰ ਕੇ ਬੜੇ ਤਿੱਖੇ ਕਿੱਲ ਉਸ ਨੂੰ ਪਕੜ ਲੈਂਦੇ ਹੈ। ਉਹਦੀ ਕਮਜ਼ੋਰੀ ਤੋਂ ਪਾਉਂਦੀ ਤੋਂ ਉਹ ਲੋਕ ਫਾਇਦਾ ਉਠਾਉਂਦੇ ਹੈ। ਹਾਥੀ ਬੜੀ ਤਾਕਤ ਦਾ ਜਾਨਵਰ ਹੁੰਦਾ ਹੈ। ਆਖਰ ਉਹਨੂੰ ਇਨਸਾਨਾਂ ਨੂੰ ਮੋਢਿਆਂ ਆਪਣੀ ਢੂਹੀ ਦੇ ਉੱਤੇ ਚੁੱਕ ਕੇ ਤੁਰਨਾ ਪੈਂਦਾ ਹੈ, ਹੋਰ ਬੜਾ ਸਮਾਨ ਉਹਦੇ ਉੱਪਰ ਲਾਦੇ ਹੈ। ਇੱਕ ਕਮਜ਼ੋਰੀ ਨੇ ਉਸ ਨੂੰ ਗੁਲਾਮ ਬਣਾ ਦਿੱਤਾ। ਗੁਰੂ ਨਾਨਕ ਦਾ ਸਾਨੂੰ ਸਮਝਾਉਣ ਦਾ ਇਹੀ ਭਾਵ ਹੈ ਕਿ ਇਤਨੇ ਇਤਨੇ ਸ਼ਕਤੀਸ਼ਾਲੀ ਜਾਨਵਰ ਵੀ ਇੱਕ ਇੱਕ ਰੋਗ ਨਾਲ ਗੁਲਾਮ ਬਣ ਗਏ, ਹਾਂਡੀਆਂ ਚੜ ਗਏ, ਦੁੱਖ ਉਠਾਏ। ਇਨਸਾਨ ਦੇ ਨੂੰ ਤਾਂ ਪੰਜ ਰੋਗ ਬੜੇ ਚਿੰਬੜੇ ਹੋਏ ਹੈ, ਅਸਾਧ ਹੈ। ਉਹਦੀ ਬਚਣ ਦੀ ਕੀ ਆਸ ਅਸੀਂ ਰੱਖ ਸਕਦੇ ਹਾਂ? ਸਿਰਫ ਮਹਾਤਮਾ ਸਾਨੂੰ ਦੱਸਦੇ ਨਹੀਂ ਬਲਕਿ ਇਹਦਾ ਇਲਾਜ ਵੀ ਦੱਸਦੇ ਹੈ। ਕਹਿਣ ਲੱਗੇ, ਤੁਸੀਂ ਐਸੇ ਕਿਸੇ ਮਹਾਤਮਾ ਦੀ ਸ਼ਰਨ ਵਿੱਚ ਜਾਓ ਜਿਹੜਾ ਇਹਨਾਂ ਰੋਗਾਂ ਤੋਂ ਬਚਿਆ ਹੋਇਆ। ਕਹਿੰਦੇ ਰੋਗ ਰਹਿਤ ਮੇਰਾ ਸਤਿਗੁਰੂ ਯੋਗੀ, ਯੋਗੀ ਕਹਿੰਦੇ ਹੈ ਜੋ ਪਰਮਾਤਮਾ ਨਾਲ ਜੁੜ ਜਾਵੇ, ਅੰਦਰ ਜਾ ਕੇ ਪਰਮਾਤਮਾ ਦੇ ਨਾਲ ਇੱਕ ਹੋ ਜਾਵੇ। ਗੁਰੂ ਨੇ ਜੋ ਕੀਤਾ ਹੁੰਦਾ ਹੈ, ਤਪ ਅਭਿਆਸ ਕੀਤਾ ਹੁੰਦਾ ਹੈ, ਜਦ ਅਸੀਂ ਉਹਨਾਂ ਦੀ ਸ਼ਰਨ ਵਿੱਚ ਜਾਂਦੇ ਹਾਂ, ਉਹ ਸਾਨੂੰ ਆਪਣਾ ਤਜਰਬਾ ਦੱਸਦਾ ਹੈ ਕਿ ਸੱਜਣੋ, ਅਗਰ ਤੁਸੀਂ ਸ਼ਬਦ ਨਾਮ ਦੀ ਕਮਾਈ ਕਰੋਗੇ, ਅੰਦਰ ਜਾਓਗੇ ਇਹਨਾਂ ਰੋਗਾਂ ਤੋਂ, ਤਦ ਹੀ ਬਚ ਸਕਦੇ ਹੋ, ਨਹੀਂ ਤਾਂ ਇਹ ਰੋਗ ਤੁਹਾਡਾ ਪਿੱਛਾ ਨਹੀਂ ਛੱਡਣਗੇ। ਸਾਨੂੰ ਪਤਾ ਹੀ ਹੈ, ਅੱਜ ਦਾ ਨੌਜਵਾਨ ਆਪਣੀ ਸਿਹਤ ਦਾ ਖਿਆਲ ਨਹੀਂ ਕਰਦਾ। ਜਵਾਨੀ ਆਉਣ ਤੋਂ ਪਹਿਲਾਂ ਪਹਿਲਾਂ ਹੀ ਆਪਣੀ ਸਿਹਤ ਦਾ ਸਤਿਆਨਾਸ਼ ਕਰ ਲੈਂਦਾ ਹੈ, ਕਮਜ਼ੋਰੀ ਪੈਦਾ ਕਰਦਾ ਹੈ। ਅੱਜ ਕੱਲ੍ਹ ਦੇ ਨੌਜਵਾਨ ਜਾਂ ਡਾਕਟਰ ਲੋਕ ਇਹੀ ਅਖਬਾਰਾਂ ਦੇ ਅੰਦਰ ਇਸ਼ਤਿਹਾਰ ਕੱਢਦੇ ਹੈ, ਬਈ ਗਈ ਜਵਾਨੀ ਪ੍ਰਾਪਤ ਕਰਨੀ ਹੈ ਤਾਂ ਤੁਸੀਂ ਸਾਨੂੰ ਮਿਲੋ। ਲੇਕਿਨ ਸੰਤ ਆਪਣਾ ਤਜਰਬਾ ਦੱਸਦੇ ਹੈ, ਇੱਕ ਵਾਰੀ ਜਵਾਨੀ ਹੱਥ 'ਚੋਂ ਨਿਕਲ ਗਈ, ਉਹ ਡਾਕਟਰ ਤਾਂ ਕੀ, ਕੋਈ ਵੀ ਮੁੜ ਕੇ ਤੁਹਾਨੂੰ ਜਵਾਨੀ ਨਹੀਂ ਦੇ ਸਕਦਾ ਗਾ, ਉਹ ਤਾਕਤ ਦੁਬਾਰਾ ਤੁਹਾਨੂੰ ਪ੍ਰਾਪਤ ਨਹੀਂ ਹੋਏਗੀ। ਮੈਨੂੰ ਅਮੀਰ ਤੋਂ ਲੈ ਕੇ ਇੱਕ ਗਰੀਬ ਤੱਕ ਮਿਲਣ ਦਾ ਮੌਕਾ ਜ਼ਿੰਦਗੀ 'ਚ ਮਿਲਿਆ ਹੈ। ਮੈਂ ਇਸ ਰੋਗ ਤੋਂ ਕੋਈ ਬਚਿਆ ਨਹੀਂ ਦੇਖਿਆ। ਅਮੀਰ ਲੋਕ ਦੀ ਤਾਂ ਇਹ ਜੀਵਨ ਹੈ ਕਿ 24 ਘੰਟੇ ਡਾਕਟਰ ਨੂੰ ਸਾਥ ਹੀ ਰੱਖਦੇ ਹੈ, ਉਹ ਆਪਦੀ ਕਮੀ ਦਵਾਈ ਨਾਲ ਪੂਰੀ ਕਰਦੇ ਹੈ। ਅਗਰ ਡਾਕਟਰ ਉਹਨਾਂ ਦੀ ਦੇਖਭਾਲ ਨਾ ਕਰੇ ਤਾਂ ਉਹਨਾਂ ਨੂੰ ਰਾਤ ਨੂੰ ਨੀਂਦ ਤੱਕ ਨਹੀਂ ਆਉਂਦੀ। ਤੋ
ਹਮੇਸ਼ਾ ਸ਼ਬਦ ਨਾਮ ਦੀ ਕਮਾਈ ਕਰਨੀ ਹੈ, ਫਿਰ ਅਸੀਂ ਇਹਨਾਂ ਰੋਗਾਂ ਤੋਂ ਬਚ ਸਕਦੇ ਹਾਂ। ਸੱਜਣੋ, ਇਹ ਕਾਲ ਦੀ ਨਗਰੀ ਰੋਗਾਂ ਦਾ ਘਰ ਹੈ ਔਰ ਪ੍ਰਕਾਰ ਦੇ ਬੜੇ ਰੋਗ ਹੈ ਜਿਹੜੇ ਇਨਸਾਨ ਨੂੰ ਪਰੇਸ਼ਾਨ ਕਰੀ ਬੈਠੇ ਹੈ। ਆਪ ਕਹਿਣ ਲੱਗੇ, ਅਗਰ ਕੋਈ ਆਦਮੀ ਇਹ ਕਵੇ ਹੱਥ ਤੇ ਕੋਲਾ ਰੱਖ ਕੇ ਤੇ ਮੇਰਾ ਹੱਥ ਨਾ ਕਾਲਾ ਹੋਵੇ, ਸੱਜਣੋ ਜ਼ਰੂਰ ਹੋਏਗਾ ਕਾਲਾ। ਇਹਨਾਂ ਤੇ ਰੋਗਾਂ ਤੋਂ ਬਚਣ ਵਾਸਤੇ ਸਿਰਫ ਗੁਰੂ ਦੀ ਸ਼ਰਨ ਔਰ ਨਾਮ ਦੀ ਕਮਾਈ ਸਾਨੂੰ ਬਚਾ ਸਕਦੀ ਹੈ। ਪਿਆਰੇ ਮਹਾਰਾਜ ਜੀ, ਗਰੁੱਪ ਲੀਡਰ ਕੀ ਕਿਆ ਜ਼ਿੰਮੇਦਾਰੀ ਹੈ, ਉਸਕੇ ਬਾਰੇ ਮੈਂ ਸਵਾਲ ਪੁੱਛਦੀ ਹਾਂ। ਜੋ ਗਰੁੱਪ ਲੀਡਰ ਜੀਵਿਤ ਗੁਰੂ ਕੇ ਥਾਪੇ ਹੋਏ ਹੈ, ਗੁਰੂ ਕੇ ਚੋਲਾ ਛੋੜ ਜਾਣੇ ਕੇ ਬਾਅਦ ਵੀ ਉਨਕੀ ਕਿਆ ਜ਼ਿੰਮੇਦਾਰੀ ਬਣਤੀ ਹੈ, ਕਿਆ ਵੋ ਉਸੀ ਤਰ੍ਹਾਂ ਸੇ ਆਪਣਾ ਸਤਸੰਗ ਜਾਰੀ ਰੱਖੇ ਜੈਸੇ ਪਹਿਲੇ ਰੱਖਦੇ ਥੇ, ਔਰ ਅਗਰ ਉਸ ਸਤਸੰਗ ਕੇ ਅੰਦਰ ਕਈ ਬੇਨਾਮ ਲੇਵਾ ਬੇ ਸਤਸੰਗ ਵੀ ਆਤੇ ਹੈ ਜੋ ਨਾਮ ਦੇਣਾ ਚਾਹਤੇ ਹੈ, ਤੋ ਉਨਕੇ ਪ੍ਰਤੀ ਉਸ ਗਰੁੱਪ ਲੀਡਰ ਕੀ ਕਿਆ ਜ਼ਿੰਮੇਦਾਰੀ ਹੈ? ਹਾਂ ਬਈ, ਗਰੁੱਪ ਲੀਡਰ ਕਹਿ ਲਓ, ਮੁਖੀਆ ਕਹਿ ਲਓ, ਸੰਤ ਸਤਿਗੁਰੂ ਉਹਨਾਂ ਨੂੰ ਥਾਪਦੇ ਹੈ ਜਿਨ੍ਹਾਂ ਨੂੰ ਕੁਛ ਉਹ ਸਭ ਤੋਂ ਪਹਿਲਾਂ ਦੇਣਾ ਚਾਹੁੰਦੇ ਹੈ। ਅਗਰ ਉਹ ਸੱਚੇ ਦਿਲੋਂ ਸੇਵਾ ਭਾਵ ਹੋ ਕੇ ਮਾਨਵ ਡੇ ਤੋਂ ਉੱਪਰ ਉੱਠ ਕੇ ਇਹ ਕੰਮ ਕਰੇ ਤਾਂ ਸਤਿਗੁਰੂ ਦੇ ਜੀਵਨ ਕਾਲ ਵਿੱਚ ਹੀ ਉਹ ਜ਼ਰੂਰ ਅੰਦਰ ਜਾਏਗਾ, ਸੱਚਿਆਈ ਨੂੰ ਸਮਝੇਗਾ। ਉਹ ਖੁਦ ਭਟਕੇਗਾ ਨਹੀਂ। ਜਿਹੜੇ 10 ਆਦਮੀ, 15 ਜਾਂ 100 ਆਦਮੀ ਉਹਦੇ ਗਰੁੱਪ ਵਿੱਚ ਆਉਂਦਾ ਹੈ, ਉਹਨਾਂ ਨੂੰ ਵੀ ਉਹ ਭਟਕਣ ਨਹੀਂ ਦੇਵੇਗਾ। ਪਿਆਰਿਓ, ਮੈਂ ਹਮੇਸ਼ਾ ਦੱਸਦਾ ਹੁੰਦਾ, ਸਤਿਗੁਰੂ ਮਰਦਾ ਨਹੀਂ, ਉਹ ਸਦਾ ਜਿਉਂਦਾ ਹੈ, ਅੱਜ ਵੀ ਹੈ, ਪਹਿਲਾਂ ਵੀ ਸੀ, ਉਹ ਸਦਾ ਹੀ ਸਦਾ ਹੈ। ਮੈਂ ਹਮੇਸ਼ਾ ਦੱਸਦਾ ਹੁੰਦਾ, ਜਿਹੜਾ ਆਦਮੀ ਇਹ ਖਿਆਲ ਕਰਦਾ ਕਿ ਗੁਰੂ ਮਰ ਗਿਆ, ਉਹ ਕੋਰਟ ਦੇ ਵਿੱਚ ਖੜਾ ਕਰਕੇ ਉਸ 'ਤੇ ਮੁਕੱਦਮਾ ਚਲਾਓ, ਬਈ ਐਸਾ ਮਰਨ ਵਾਲਾ ਗੁਰੂ ਤੈਂ ਕਿਉਂ ਕਰਿਆ। ਗੁਰੂ ਸਰੀਰ ਬਦਲਦਾ ਹੈ, ਲੇਕਿਨ ਜੋ ਤਾਕਤ ਹੈ ਉਹ ਹਮੇਸ਼ਾ ਸੰਸਾਰ ਦੇ ਅੰਦਰ ਕਾਇਮ ਰਹਿੰਦੀ ਹੈ, ਕਿਸੇ ਨਾ ਕਿਸੇ ਜਗ੍ਹਾ ਉਹ ਜ਼ਰੂਰ ਕੰਮ ਕਰਦੀ ਹੈ। ਜੋ ਲੋਕ ਭਜਨ ਦੇ ਚੋਰ ਹੁੰਦੇ ਹੈ, ਭਜਨ ਨਹੀਂ ਕਰਦੇ ਗੇ, ਅੰਦਰ ਨਹੀਂ ਜਾਂਦੇ ਗੇ, ਉਹ ਵੀ ਪਿੱਛੋਂ ਪਾਰਟੀਆਂ ਦੇ ਵਿੱਚ ਵੱਟ ਜਾਂਦੇ ਹੈ, ਖੁਦ ਗੁੰਮਰਾਹ ਹੋਏ ਹੁੰਦੇ ਹੈ, ਔਰਾਂ ਨੂੰ ਵੀ ਉਹ ਗੁੰਮਰਾਹ ਕਰਦੇ ਹੈ। ਮੈਂ ਜਾਣਨਾ ਚਾਹਤੀ ਹੂੰ ਕਿ ਆਪ ਹਮਾਰੀ ਮਦਦ ਕਰ ਸਕਤੇ ਹੈ ਯੇ ਸਮਝਨੇ ਮੇਂ ਕਿ ਵਿਵੇਕ ਬੁੱਧੀ, ਹਮਾਰੀ ਤਰੱਕੀ ਔਰ ਨਿੰਦਾ, ਇਨ ਤਿੰਨੋਂ ਕੇ ਬੀਚ ਮੇਂ ਕਿਆ ਫਰਕ ਹੈ, ਇਸਕੋ ਹਮ ਕਿਸ ਤਰ੍ਹਾਂ ਸੇ ਸਮਝੇ, ਕਿਆ ਇਨਕਾ ਆਪਸ ਮੇਂ ਇੱਕ ਦੂਸਰੇ ਸੇ ਕੋਈ ਸੰਬੰਧ ਹੈ? ਹਾਂ ਬਈ, ਨਿੰਦਿਆ ਅਸੀਂ ਉਨਾ ਚਿਰ ਹੀ ਕਰਦੇ ਹਾਂ ਜਦ ਤੱਕ ਅਸੀਂ ਤਰੱਕੀ ਨਹੀਂ ਕਰੀ ਹੁੰਦੀ। ਜਦ ਅਸੀਂ ਨਿੰਦਿਆ ਤੋਂ ਉੱਪਰ ਉੱਠਦੇ ਹਾਂ, ਤਰੱਕੀ ਕਰਦੇ ਹਾਂ, ਤਰੱਕੀ ਦਾ ਮਤਲਬ ਅਸੀਂ ਅੰਦਰ ਜਾਂਦੇ ਹਾਂ, ਸਾਨੂੰ ਵਿਵੇਕ ਬੁੱਧੀ ਪੈਦਾ ਹੁੰਦੀ ਹੈ। ਵਿਵੇਕ ਦਾ ਮਤਲਬ ਹੁੰਦਾ ਹੈ ਸੱਚੇ ਔਰ ਝੂਠੇ ਦਾ ਨਿਰਣਾ ਕਰ ਲੈਣਾ। ਵਿਵੇਕ ਬੁੱਧੀ ਵਾਲੇ ਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਨਹੀਂ ਹੁੰਦੀਗੀ, ਉਹ ਖੁਦ ਹੀ ਨਿਰਣਾ ਕਰਦਾ ਹੈ ਕਿ ਸੱਚਿਆਈ ਕਿਹੜੀ ਹੈ, ਬੁਰਿਆਈ ਕਿਹੜੀ ਹੈ। ਵਿਵੇਕ ਬੁੱਧੀ ਸਾਨੂੰ ਉਸ ਵਕਤ ਹੀ ਪੈਦਾ ਹੁੰਦੀ ਹੈ ਸਾਡੇ ਆਤਮਾ ਦੇ ਉੱਪਰ, ਪਹਿਲਾਂ ਅਸਥੂਲ ਪੜਦਾ ਹੈ ਔਰ ਅਸਥੂਲ ਮਾਇਆ ਹੈ। ਜਦ ਅਸੀਂ ਸੂਖਸ਼ਮ ਦੇਸ਼ ਦੇ ਵਿੱਚ ਜਾਂਦੇ ਹਾਂ, ਉੱਥੇ ਸੂਖਸ਼ਮ ਪੜਦਾ ਹੈ, ਸੂਖਸ਼ਮ ਮਾਇਆ ਹੈ। ਜਦ ਅਸੀਂ ਕਾਰਨ ਦੇਸ਼ ਵਿੱਚ ਜਾਂਦੇ ਹਾਂ, ਉੱਥੇ ਕਾਰਨ ਪੜਦਾ, ਕਾਰਨ ਮਾਇਆ ਹੈ। ਜਦ ਅਸੀਂ ਬ੍ਰਹਮ ਦੀ ਚੋਟੀ ਤੋਂ ਉੱਪਰ ਚਲੇ ਜਾਂਦੇ ਹਾਂ, ਆਪਣੀ ਆਤਮਾ ਤੋਂ ਤਿੰਨੇ ਪੜਦੇ ਲਾ ਕੇ ਪਾਰ ਬ੍ਰਹਮ ਦੇ ਵਿੱਚ ਪਹੁੰਚਦੇ ਹਾਂ, ਉਸ ਵੇਲੇ ਸਾਨੂੰ ਵਿਵੇਕ ਬੁੱਧੀ ਪੈਦਾ ਹੋ ਜਾਂਦੀ ਹੈ।
ਉੱਥੇ ਪਹੁੰਚਿਆ ਕੋਈ ਵੀ ਸਾਧੂ ਇਹ ਨਹੀਂ ਸੋਚ ਸਕਦਾ ਕਿ ਮੈਂ ਕੋਈ ਬੇਅਈ ਕਰਾਂ, ਕਰਨੀ ਤਾਂ ਕਿਸੇ ਸੋਚ ਵੀ ਨਹੀਂ ਸਕਦਾ। ਮੈਂ ਦੱਸਿਆ ਸੀਗਾ ਕਿ ਜਿੰਨਾ ਮਹਾਤਮਾ ਨੇ ਰਾਤਾਂ ਜਾਗੀਆਂ, ਮਿਹਨਤਾਂ ਕੀਤੀਆਂ ਹਨ, ਨਾ ਤਾਂ ਉਹ ਖੁਦ ਹੀ ਨਿੰਦਿਆ ਕਰਨ ਕਿਸੇ ਦੀ, ਨਾ ਨਿੰਦਿਆ ਕਰਨ ਦੀ ਕਿਸੇ ਨੂੰ ਇਜਾਜ਼ਤ ਹੀ ਦੇਣ। ਜਦ ਦਸਵੇਂ ਦੁਆਰ ਪਾਰ ਬ੍ਰਹਮ ਦੇ ਵਿੱਚ ਕੋਈ ਪਹੁੰਚਦਾ ਹੈ ਉਹਨੂੰ ਵਿਵੇਕ ਬੁੱਧੀ ਹੋ ਜਾਂਦੀ ਹੈ, ਉੱਥੇ ਪਹੁੰਚੇ ਹੋਏ ਨੂੰ ਹੰਸ ਗਤੀ ਪ੍ਰਾਪਤ ਹੋ ਜਾਂਦੀ ਹੈ। ਸਵਾਮੀ ਜੀ ਮਹਾਰਾਜ ਨੇ ਕਿਹਾ ਕਿ ਹੰਸ ਨੇ ਸ਼ਾਨੋ ਦੁੱਧ ਔਰ ਪਾਣੀ, ਜਿਵੇਂ ਹੰਸ ਦੀ ਚੁੰਝ ਦੇ ਵਿੱਚ ਤਸ਼ੀਰ ਹੁੰਦੀ ਹੈ, ਜਦ ਉਹ ਮਾਨ ਸਰੋਵਰ ਦੇ ਵਿੱਚ ਪਾਉਂਦਾ ਹੈ ਪਾਣੀ ਅਲੱਗ ਹੋ ਜਾਂਦਾ ਹੈ, ਦੁੱਧ ਅਲੱਗ ਹੋ ਜਾਂਦਾ ਹੈ। ਇਸੇ ਤਰ੍ਹਾਂ ਵਿਵੇਕ ਬੁੱਧੀ ਜਦ ਪੈਦਾ ਹੁੰਦੀ ਹੈ ਆਪਣੇ ਆਪ ਹੀ ਸਾਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ, ਚੰਗਿਆਈ ਔਰ ਬੁਰਿਆਈ ਦਾ ਪਤਾ ਲੱਗ ਜਾਂਦਾ ਹੈ, ਅਸੀਂ ਖੁਦ ਨਾ ਨਿੰਦਿਆ ਕਰੀਏ ਔਰ ਨਾ ਆਪਦੇ ਸੇਵਕਾਂ ਨੂੰ ਇਜਾਜ਼ਤ ਹੀ ਦੇਈਏ। ਮੈਂ ਦੱਸਦਾ ਹੁੰਦਾ ਹਾਂ ਕਿ ਇੱਥੇ ਪਹੁੰਚੀ ਹੋਈ ਆਤਮਾ ਜਦ ਥੱਲੇ ਨਜ਼ਰ ਮਾਰਦੀ ਹੈ ਬੜਾ ਸਾਫ ਉਹਨੂੰ ਨਜ਼ਰ ਦੇ ਵਿੱਚ ਆਉਂਦਾ ਹੈ, ਜਿਸ ਤਰ੍ਹਾਂ ਕੋਈ ਪਹਾੜੀ ਦੇ ਥੱਲੇ ਖੜਾ ਹੈ ਉੱਪਰ ਦੇਖਦਾ ਉਹਨੂੰ ਸਾਫ ਨਹੀਂ ਨਜ਼ਰ ਆਉਂਦਾ, ਅਗਰ ਕੋਈ ਪਹਾੜੀ ਦੇ ਉੱਪਰ ਖੜਾ ਹੈ ਉਹ ਥੱਲੇ ਬਿਲਕੁਲ ਸਾਫ ਦੇਖਦਾ ਹੈ। ਸਾਡੀ ਤਰੱਕੀ ਕਿਸੇ ਪੈਮਾਨੇ ਦੇ ਨਾਲ ਦੁਨੀਆ ਦੇ ਮਾਪੀ ਨਹੀਂ ਜਾ ਸਕਦੀ ਗੀ, ਸਾਨੂੰ ਕਿਸੇ ਨੇ ਨਹੀਂ ਦੱਸਣਾ ਵੀ ਤੁਸੀਂ ਤਰੱਕੀ ਕਰ ਗਏ ਹੋ, ਇਹ ਅਸੀਂ ਆਪਣੀਆਂ ਅੱਖਾਂ ਨਾਲ ਖੁਦ ਦੇਖਣੀ ਹੈ, ਖੁਦ ਹੀ ਦੇਖਦੇ ਹਾਂ ਇੱਥੇ ਪਹੁੰਚ ਕੇ ਹੁਣ ਸਾਡੀ ਕੀ ਹਾਲਤ ਹੈ ਜਦ ਤੱਕ ਅਸੀਂ ਅੰਦਰ ਨਹੀਂ ਜਾਂਦੇ ਗੇ। ਅਗਰ ਥੋੜ੍ਹਾ ਬਹੁਤਾ ਅਭਿਆਸ ਕਰਦੇ ਹਾਂ, ਥੋੜ੍ਹੇ ਬਹੁਤੇ ਪ੍ਰੇਮੀ ਸਾਨੂੰ ਮਾਨ ਦੇ ਦਿੰਦੇ ਹੈ, ਆਦਰ ਦੇ ਦਿੰਦੇ ਹੈ, ਉਹਨਾਂ ਦੀ ਨਜ਼ਰ 'ਚ ਇਹ ਹੁੰਦਾ ਹੈ ਕਿ ਇਹ ਸ਼ਾਇਦ ਅੰਦਰ ਜਾਂਦਾ ਹੋਣਾ ਹੈ। ਹੁਣ ਜੇ ਤਾਂ ਕਮਾਈ ਵਾਲਾ ਹੋਏਗਾ ਤਾਂ ਉਹ ਬਿਲਕੁਲ ਮਾਨਵੜੇ 'ਚ ਨਹੀਂ ਆਏਗਾ, ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਚਾਰ ਆਦਮੀ ਮੱਥਾ ਟੇਕ ਦੇਣ ਬਸ ਆਦਮੀ ਇੰਨੇ 'ਚ ਹੀ ਹੰਕਾਰ ਪੈਦਾ ਕਰ ਲੈਂਦਾ ਹੈ, ਦੂਸਰੇ ਦੀ ਹੀਰਸ਼ਾ ਕਰਨੀ ਸ਼ੁਰੂ ਕਰਦਾ ਹੈ ਕਿ ਬਈ ਉਸਨੇ ਤਰੱਕੀ ਨਹੀਂ ਕਰੀ, ਮੈਂ ਠੀਕ ਹੈ। ਪਲਟੂ ਸਾਹਿਬ ਨੇ ਕਿਹਾ ਹੈ, ਮਨ ਮਹੀਨ ਕਰ ਲੀਜੀਏ ਜਦ ਪਿਓ ਲਾਗੇ ਹਾਥ, ਜਦ ਪਿਓ ਲਾਗੇ ਹਾਥ ਨੀਚ ਹੋਏ ਸਭਸੇ ਰਹਿਣਾ, ਪੱਛਾ ਪੱਛੀ ਤਿਆਗ ਕਹਿਣ ਲੱਗੇ, ਫਿਰ ਤੁਸੀਂ ਕਿਸੇ ਦਾ ਪਕਸ਼ ਨਹੀਂ ਲਓਗੇ, ਉਹਨੂੰ ਤਿਆਗ ਦਿੰਦਾ ਹੈ ਔਰ ਮਾਲਕ ਦੇ ਵਿੱਚ ਸਮਾਇਆ ਰਹਿੰਦਾ ਹੈ। ਦਰਸ਼ਨੋਂ ਕੇ ਬਾਰੇ ਮੈਂ ਸਵਾਲ ਹੈ, ਦਰਸ਼ਨ ਜਬ ਆਪ ਹਮੇਂ ਦੇਤੇ ਹੋ ਤੋ ਮੈਂ ਜਾਨਣਾ ਚਾਹਤੀ ਹੂੰ ਜੋ ਆਸ਼ੀਰਵਾਦ ਹਮੇਂ ਮਿਲਤਾ ਹੈ ਕਿਆ ਯੇ ਅਭਿਆਸ ਕਰਨੇ ਸੇ ਹਮੇਂ ਮਿਲਤਾ ਹੈ ਯਾ ਯੇ ਹਮਾਰੀ ਕਿਸਮਤ ਕੇ ਹਿਸਾਬ ਸੇ ਬਨਤਾ ਹੈ ਯਾ ਆਪਕੀ ਦਇਆ ਸੇ ਮਿਲਤਾ ਹੈ। ਹਾਂ ਬਈ ਸਭ ਦੀ ਮੁੱਦਾ ਮੂਲ ਅਭਿਆਸ ਹੀ ਹੈ, ਜਦ ਅਸੀਂ ਅਭਿਆਸ ਕਰਦੇ ਹਾਂ ਤਦ ਹੀ ਅਸੀਂ ਕਰਦੇ ਹਾਂ, ਜਦੋਂ ਸਾਡੀ ਭਾਵਨਾ ਬਣ ਜਾਂਦੀ ਹੈ ਕਿ ਇਹ ਕੰਮ ਅਸੀਂ ਕਰਨਾ ਹੈ, ਨੇਕ ਕੰਮ ਕਰਦੇ ਹਾਂ ਨੇਕ ਭਾਵਨਾ ਬਣਦੀ ਹੈ, ਬੁਰਾ ਕਰਦੇ ਬੁਰੀ ਬਣ ਜਾਂਦੀ ਹੈ, ਉਸ ਭਾਵਨਾ ਦੇ ਮੁਤਾਬਕ ਹੀ ਸਾਨੂੰ ਅੱਗੇ ਦਰਸ਼ਨ ਮਿਲਦੇ ਹੈ। ਗੁਰੂ ਨਾਨਕ ਨੇ ਵੀ ਕਿਹਾ, ਜਾ ਕੀ ਹੋਏ ਭਾਵਨਾ ਜੈਸੀ, ਹਰ ਮੂਰਤ ਦੇਖੀ ਤਿੰਨ ਤੈਸੀ। ਮਹਾਰਾਜ ਕਿਰਪਾਲ ਮੁਸਲਮਾਨਾਂ ਦੀ ਪਵਿੱਤਰ ਕਿਤਾਬ
ਕੁਰਾਨ ਦੇ ਵਿੱਚ ਉਹ ਮਿਸਾਲ ਦੇ ਕੇ ਦੱਸਦੇ ਹੁੰਦੇ ਸੀਗੇ। ਮੁਹੰਮਦ ਸਾਹਿਬ ਨੇ ਕਿਹਾ ਸੀ ਕਿ ਮੋਮਨ ਖੁਦਾ ਦਾ ਸ਼ੀਸ਼ਾ ਹੈ, ਤੁਸੀਂ ਜੈਸੀ ਆਪਦੀ ਸ਼ਕਲ ਦੇਖੋਗੇ ਵੈਸਾ ਹੀ ਨਜ਼ਰ ਦੇ ਵਿੱਚ ਆਏਗਾ। ਤੁਹਾਨੂੰ ਪਤਾ ਹੀ ਹੈ ਕਿ ਸੰਤ ਸਤਿਗੁਰੂ ਸਭ ਨਾਲ ਸਮਾਨ ਪਿਆਰ ਕਰਦੇ ਹੈ, ਉਹਨਾਂ ਦਾ ਹਰ ਇੱਕ ਨਾਲ ਪਿਆਰ ਹੁੰਦਾ, ਮੁਹੱਬਤ ਹੁੰਦੀ ਹੈ, ਸਭ ਨੂੰ ਉਹ ਦੇਣਾ ਜਾਣਦੇ ਹੈ। ਲੇਕਿਨ ਜੈਸਾ ਜੈਸਾ ਸਾਡਾ ਵਰਤਨ ਹੁੰਦਾ ਹੈ, ਜੈਸੀ ਜੈਸੀ ਸਾਡੀ ਭਾਵਨਾ ਹੁੰਦੀ ਹੈ, ਉਹਦੇ ਮੁਤਾਬਕ ਹੀ ਅਸੀਂ ਪ੍ਰਾਪਤ ਕਰਦੇ ਹਾਂ। ਰਾਤੀ ਮੈਂ ਸਤਸੰਗ ਦੇ ਵਿੱਚ ਦੱਸਿਆ ਸੀ ਕਿ ਜਦ ਪਰਮ ਪਿਤਾ ਕਿਰਪਾਲ ਨੇ ਮੈਨੂੰ ਨਾਮ ਦਾਨ ਦੇਣ ਦਾ ਹੁਕਮ ਦਿੱਤਾ, ਉਹ ਕਹਿਣ ਲੱਗੇ ਇਹ ਜਿਹੜੇ ਬੰਦੇ ਬੈਠੇ ਹੈ ਇਹਨਾਂ ਨੂੰ ਥਿਊਰੀ ਸਮਝਾ ਦੇ। ਮੈਂ ਕਿਹਾ ਮਹਾਰਾਜ ਜੀ ਇਹ ਜਿਹੜੇ ਬੈਠੇ ਹੈ ਇਹਨਾਂ ਨੂੰ ਤੁਸੀਂ ਆਪਣਾ ਅਸਲੀ ਰੂਪ ਦਿਖਾ ਦਿਓ ਜੋ ਤੂੰ ਹੈ। ਮੈਂ ਕਿਹਾ ਨਾ ਮੰਦਰ ਦਾ ਝਗੜਾ ਰਵੇ, ਨਾ ਮਸੀਤ ਦਾ ਰਵੇ, ਘਰ ਘਰ ਅੰਦਰ ਤੇਰਾ ਪਿਆਰ ਹੋ ਜਾਵੇ, ਲੋਕਾਂ ਨੂੰ ਪਤਾ ਲੱਗ ਜਾਵੇ ਕਿ ਪਰਮਾਤਮਾ ਕਿੱਥੇ ਹੈ। ਤੋ ਹਜ਼ੂਰ ਨੇ ਹੱਸ ਕੇ ਇਹ ਕਿਹਾ ਕਿ ਵੇ ਤੂੰ ਮੇਰੇ ਕੱਪੜੇ ਨਾ ਫੜਾ, ਜਿਹੜੀ ਮੈਂ ਤੈਨੂੰ ਕਹਿੰਦਾ ਉਹ ਥਿਊਰੀ ਸਮਝਾ ਦੇ। ਕਹਿਣ ਦਾ ਭਾਵ ਉਸ ਦੇ ਕਈ ਪੁਰਾਣੇ ਨਾਮ ਲੇਵਾ ਵੀ ਉੱਥੇ ਖੜੇ ਸਨ, ਅਗਰ ਉਹ ਵੀ ਸਾਰੇ ਇਹ ਸਮਝਦੇ ਕਿ ਕਿਰਪਾਲ ਭਗਵਾਨ ਹੈ ਔਰ ਉਹ ਵੀ ਉਹਨੂੰ ਇਹ ਕਹਿ ਸਕਦੇ ਸਨ, ਨਹੀਂ ਜੈਸੀ ਕਿਸੇ ਦੀ ਭਾਵਨਾ ਹੈ ਉਸ ਮਹਾਨ ਆਤਮਾ ਨੂੰ ਉਸੇ ਤਰ੍ਹਾਂ ਹੀ ਲੋਕ ਦੇਖਦੇ ਹੈ, ਉਸੇ ਤਰ੍ਹਾਂ ਹੀ ਸਮਝਦੇ ਹੈ, ਉਸੇ ਤਰ੍ਹਾਂ ਹੀ ਉਸ ਤੋਂ ਆਪਣੀ ਮੁਰਾਦ ਪੂਰੀ ਕਰਦੇ ਹੈ। ਮਹਾਰਾਜ ਕਿਰਪਾਲ ਦਾ ਨਾਮ ਲੇਵਾ ਸਾਡੇ ਇਲਾਕੇ ਦਾ ਇੱਕ ਆਦਮੀ ਹੈ, ਜਦ ਮਹਾਰਾਜ ਜੀ ਨਾਮ ਦੇਣ ਲੱਗੇ 50 ਆਦਮੀਆਂ ਦੇ ਵਿੱਚ ਅੱਛਾ ਅਨੁਭਵ ਹੋਇਆ, ਲੇਕਿਨ ਇੱਕ ਨੂੰ ਨਾ ਹੋਇਆ। ਉਸਨੇ ਕਿਹਾ ਕਿ ਜੀ ਮੈਨੂੰ ਜੋਤ ਨਹੀਂ ਦਿਸੀ, ਅਨੁਭਵ ਨਹੀਂ ਹੋਇਆ। ਮੇਰੇ ਦਿਮਾਗ ਨੂੰ ਬੜੀ ਸਮੱਸਿਆ ਹੋਈ ਕਿ ਜੋਤ ਵੀ ਭਗਵਾਨ ਦੀ ਹੈ ਅਤੇ ਭਗਵਾਨ ਵੀ ਜੋਤ ਦਾ ਹੈ, ਭਗਵਾਨ ਇਹਦੇ ਸਾਹਮਣੇ ਖੜਾ ਹੈ, ਹੋਰ ਕਿਹੜੀ ਜੋਤ ਦੇਖੇਗਾ ਇਹ। ਲੇਕਿਨ ਉਹ ਫਿਰ ਵੀ ਮਹਾਰਾਜ ਨੇ ਉਸਨੂੰ ਦੂਸਰੀ ਬੈਠਕ ਦਿੱਤੀ। ਅੱਜ ਹੁਣ ਉਹ ਹਮੇਸ਼ਾ ਪਛਤਾਉਂਦਾ ਹੈ ਕਿ ਮੈਂ ਕਿਹੜੇ ਖਿਆਲਾਂ 'ਚ ਲੱਗਿਆ ਹੋਇਆ ਸੀ। ਮੈਂ ਰਸਲ ਪ੍ਰਗਨਸ ਨੂੰ ਦੱਸਦਾ ਹੁੰਦਾ ਹੈ, ਸ਼ੁਰੂ ਆਮ ਪ੍ਰੇਮੀਆਂ ਨਾਲ ਮੈਨੂੰ ਇਹ ਬੜਾ ਸਮੱਸਿਆ ਹੁੰਦੀ ਸੀ ਕਿ ਜਦ ਗੁਰੂ ਮਿਲ ਗਿਆ ਕਿਸੇ ਪ੍ਰੇਮੀ ਤੋਂ ਕੋਈ ਜੋਤ ਪਾਸੇ ਨਹੀਂ, ਜੋਤ ਵੀ ਮਿਲ ਗਈ, ਸਭ ਕੁਛ ਮਿਲ ਗਿਆ। ਮੈਂ ਦੱਸਦਾ ਹੁੰਦਾ ਹੈ ਕਿ ਕਿਸ ਤਰ੍ਹਾਂ ਉਹ ਪਰਮਾਤਮਾ ਕਿਰਪਾਲ ਜੋਤ ਰੂਪ ਸੀ, ਕਿਸ ਤਰ੍ਹਾਂ ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਕਿਰਨਾਂ ਨਿਕਲਦੀਆਂ ਸਨ। ਔਰ ਜੈਸੀ ਸਾਡੀ ਭਾਵਨਾ ਹੈ ਉਹਦੇ ਮੁਤਾਬਕ ਹੀ ਅਸੀਂ ਦੇਖਦੇ ਹਾਂ। ਮੈਂ ਗੁਰੂ ਨੂੰ ਪਕੜਿਆ ਹੈ, ਉਹਨਾਂ ਦੇ ਸਾਹਮਣੇ ਖੜਕੇ ਗੱਲ ਕਹੀ ਸੀ ਕਿ ਮੈਂ ਭਗਵਾਨ ਨੂੰ ਨਹੀਂ ਮੰਨਦਾ ਗਾ, ਮੈਂ ਦੇਖਿਆ ਨਹੀਂ, ਤੈਨੂੰ ਦੇਖਿਆ ਹੈ, ਤੈਥੋਂ ਉੱਚਾ ਮੇਰੇ ਵਾਸਤੇ ਕੋਈ ਵੀ ਨਹੀਂ, ਜੋ ਉਸਨੇ ਕੀਤਾ ਮੈਂ ਕਰ ਲਿਆ। ਅਗਰ ਅਸੀਂ ਗੁਰੂ ਮਤ ਨੂੰ ਇਸ ਤਰ੍ਹਾਂ ਪਕੜ ਲਈਏ ਤਾਂ ਅਸੀਂ ਜਲਦੀ ਤਰੱਕੀ ਕਰ ਜਾਂਦੇ ਹਾਂ, ਕਿਉਂਕਿ ਨਾਮ ਸੰਤ ਸਤਿਗੁਰਾਂ ਨੇ ਪੈਦਾ ਕੀਤਾ ਹੁੰਦਾ, ਉਹਨਾਂ ਅੰਦਰੋਂ ਪ੍ਰਗਟ ਹੁੰਦਾ ਹੈ। ਅਗਰ ਅਸੀਂ ਸੱਚੇ ਦਿਲੋਂ ਇਮਾਨਦਾਰੀ ਨਾਲ ਸੰਤਾਂ ਦੀ ਸ਼ਰਨ ਦੇ ਵਿੱਚ ਰਹੀਏ, ਜੋ ਉਹ ਕਹਿੰਦੇ ਹੈ
ਉਹਦੇ ਉੱਤੇ ਅਮਲ ਕਰੀਏ ਤਾਂ ਸਾਡਾ ਸਭ ਕੁਛ ਹੀ ਬਣ ਜਾਂਦਾ ਹੈ। ਇਹ ਨਹੀਂ ਕਿ ਗੁਰੂ ਸਾਨੂੰ ਮਨ ਇੰਦਰੀਆਂ ਤੋਂ ਉੱਪਰ ਉੱਠਣ ਦੀ ਸਲਾਹ ਦੇਵੇ, ਅਸੀਂ ਫਿਰ ਉੱਥੇ ਹੀ ਫਸੇ ਰਹੀਏ। ਇਹ ਉਸ ਤਰ੍ਹਾਂ ਦੀ ਗੱਲ ਹੁੰਦੀ ਹੈ ਜਿਸ ਤਰ੍ਹਾਂ ਕੋਈ ਕੈਦੀ ਕੈਦ ਕੱਟ ਕੇ ਉਹ ਜੇਲਰ ਨੂੰ ਇਹ ਕਵੇ ਕਿ ਵੀ ਮੇਰਾ ਚੌਂਕਾ ਚੁੱਲ੍ਹਾ ਨਾ ਸਾਂਭਣਾ, ਮੈਂ ਤਾਂ ਫਿਰ ਜਲਦੀ ਆਉਣ ਵਾਲਾ ਹੈ, ਇੱਥੇ ਆਊਂਗਾ, ਤੁਸੀਂ ਦੇਖ ਲਓ। ਉਹ ਚੋਰ ਜਦ ਆਜ਼ਾਦ ਹੋ ਜਾਂਦਾ ਹੈ ਕੈਦੀ, ਉਸ ਨੂੰ ਉਹ ਚੁੱਲ੍ਹੇ ਚੌਂਕੇ ਦਾ ਖਿਆਲ ਹੀ ਛੱਡ ਜਾਣਾ ਚਾਹੀਦਾ, ਭੁੱਲ ਜਾਣਾ ਚਾਹੀਦਾ, ਆਪਣੇ ਨਗਰ ਵਿੱਚ ਆ ਕੇ ਨੇਕ ਇਨਸਾਨ ਇਮਾਨਦਾਰੀ ਦੇ ਨਾਲ ਆਪਣਾ ਜੀਵਨ ਜਿਉਣਾ ਚਾਹੀਦਾ ਹੈ। ਸੰਤ ਮਤ ਸੁਧਾਰਕ ਮਤ ਹੁੰਦਾ ਹੈ, ਇਹਦੇ ਵਿੱਚ ਅਸੀਂ ਆਪਣਾ ਸੁਧਾਰ ਕਰਨਾ ਹੈ। ਅਗਰ ਅਸੀਂ ਬਾਹਰੀ ਜ਼ਿੰਦਗੀ ਆਪਣੀ ਅੱਛੀ ਬਣਾ ਲੈਂਦੇ ਹਾਂ, ਅੰਦਰਲਾ ਮਾਰਗ ਸਾਨੂੰ ਬੜਾ ਆਸਾਨ ਹੋ ਜਾਂਦਾ ਹੈ। ਅੱਛਾ,